ਕੰਗਣਾ ਰਣੌਤ ਨੇ ਮੁੜ ਤੋਂ ਤਿੰਨ ਖੇਤੀ ਕਾਨੂੰਨਾਂ ਵਾਲਾ ਰਾਗ ਛੇੜ ਦਿੱਤਾ ਹੈ। ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ, ਕੰਗਣਾ ਇਹ ਕਹਿੰਦੀ ਹੋਈ ਨਜ਼ਰ ਆਈ ਹੈ। ਜਿਨ੍ਹਾਂ ਕਾਨੂੰਨਾਂ ਦੇ ਲਈ ਕਿਸਾਨਾਂ ਨੇ ਲੰਬੇ ਸਮੇਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕੀਤਾ, ਉਸ ਨੂੰ ਲੈ ਕੇ ਕੰਗਣਾ ਦਾ ਕਹਿਣਾ ਕਿਸਾਨਾਂ ਦੇ ਹਿਤਕਾਰੀ ਕਾਨੂੰਨ ਜੋ ਹੈ ਵਾਪਸ ਆਉਣੇ ਚਾਹੀਦੇ, ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਕੰਗਣਾ ਰਣੌਤ 'ਤੇ ਕਹਿੰਦੇ ਹੋਏ ਨਜ਼ਰ ਆਇਆ। ਅਤੇ ਕਿਸਾਨਾਂ ਦੀ ਤਰੱਕੀ 'ਤੇ ਕੋਈ ਬ੍ਰੇਕ ਨਹੀਂ ਲੱਗਣੀ ਚਾਹੀਦੀ, ਤਾਂ ਕਿਸਾਨਾਂ ਦੇ ਹਿਤਕਾਰੀ ਕਾਨੂੰਨ ਵਾਪਸ ਆਉਣੇ ਚਾਹੀਦੇ। ਕੰਗਣਾ ਰਣੌਤ ਨੇ ਮੁੜ ਤੋਂ ਤਿੰਨ ਖੇਤੀ ਕਾਨੂੰਨਾਂ ਵਾਲਾ ਰਾਗ ਛੇੜ ਦਿੱਤਾ, ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਕੰਗਣਾ ਰਣੌਤ ਦਾ ਕਹਿਣਾ ਹੈ। ਕਿਸਾਨਾਂ ਦੀ ਤਰੱਕੀ 'ਤੇ ਕੋਈ ਬ੍ਰੇਕ ਨਹੀਂ ਲੱਗਣੀ ਚਾਹੀਦੀ, ਕਿਸਾਨਾਂ ਦੇ ਹਿਤਕਾਰੀ ਕਾਨੂੰਨ ਵਾਪਸ ਆਉਣੇ ਚਾਹੀਦੇ। ਕਰਨਾ ਚਾਹੂੰਗੀ ਕਿ ਹਮੇ ਜੋ ਹੈ ਇੱਕ ਸਾਥ ਰਹਿ ਕੇ ਚੱਲਣਾ ਹੈ, ਔਰ ਹਮ ਲੋਗੋਂ ਕਾ ਜੋ ਭਵਿਸ਼ਯ ਹੈ, ਅਗਰ ਭਾਰਤ ਹੈ ਤੋ ਹੀ ਹਮ, ਅਗਰ ਭਾਰਤ ਹੀ ਨਹੀਂ ਰਹੇਗਾ ਤੋ ਹਮਾਰਾ ਕਿਆ ਹੀ ਅਸਤਿਤਵ ਰਹਿ ਜਾਏਗਾ। ਔਰ ਕਿਸਾਨੋਂ ਕੇ ਜੋ ਲੌਜ਼ ਹੈ ਵੋ ਮੁਝੇ ਲਗਤਾ ਹੈ ਜੋ ਰਿਪੀਲ ਹੋ ਗਏ ਹੈ ਵੋ ਫਿਰ ਸੇ ਲਗਨੇ ਚਾਹੀਏ, ਹੋ ਸਕਤਾ ਹੈ ਕੰਟਰੋਵਰਸ਼ੀਅਲ ਹੋ ਜਾਏ, ਲੇਕਿਨ ਮੁਝੇ ਲਗਤਾ ਹੈ ਕਿਸਾਨੋਂ ਕੇ ਹਿਤਕਾਰੀ ਲੌਜ਼ ਵਾਪਸ ਆਨੇ ਚਾਹੀਏ, ਔਰ ਕਿਸਾਨੋਂ ਕੋ ਖੁਦ ਇਸਕੀ ਡਿਮਾਂਡ ਕਰਨੀ ਚਾਹੀਏ, ਔਰ ਤਾਂ ਕਿ ਹਮਾਰੇ ਕਿਸਾਨ ਵੀ ਜਾ ਕੇ ਜੈਸੇ ਬਾਕੀ ਬਾਕੀ ਜਗ੍ਹਾਓਂ ਪੇ ਸਮਿਤੀ ਹੋ ਰਹੀ ਹੈ, ਹਮਾਰੇ ਕਿਸਾਨ ਕੀ ਸਮਿਤੀ ਮੇ ਕੋਈ ਬ੍ਰੇਕ ਨਾ ਲਗੇ। ਅਬ ਜੈਸੇ ਵਨ ਨੇਸ਼ਨ ਵਨ ਇਲੈਕਸ਼ਨ, ਸਾਰੇ ਬਿਊਰੋਕ੍ਰੇਸੀ ਹੋ ਗਏ, ਸਾਰੇ ਜੋ ਹਮਾਰੇ ਲੀਡਰ ਹੋ ਗਏ ਹਰ ਦੋ ਦੋ ਤਿੰਨ ਤਿੰਨ ਮਹੀਨੇ ਮੇ ਇਲੈਕਸ਼ਨ ਕਰਤੇ ਰਹਤੇ ਹੈ, ਤੋ ਦੇਸ਼ ਕੇ ਵਿਕਾਸ ਮੇ ਕਿਸਾਨ ਜੋ ਹੈ ਵੋ ਮੇਨ ਹਮਾਰਾ ਇੱਕ ਪਿਲਰ ਆਫ ਸਟਰੈਂਥ ਹੈ। ਤੋ ਬੇਨਤੀ ਕਰਨਾ ਚਾਹੂੰਗੀ ਕਿ ਹਮੇ ਜੋ ਹੈ ਇੱਕ ਸਾਥ ਰਹਿ ਕੇ ਚੱਲਣਾ ਹੈ, ਔਰ ਹਮ ਲੋਗੋਂ ਕਾ ਜੋ ਭਵਿਸ਼ਯ ਹੈ, ਅਗਰ ਭਾਰਤ ਹੈ ਤੋ ਹੀ ਹਮ, ਅਗਰ ਭਾਰਤ ਹੀ ਨਹੀਂ ਰਹੇਗਾ ਤੋ ਹਮਾਰਾ ਕਿਆ ਹੀ ਅਸਤਿਤਵ ਰਹਿ ਜਾਏਗਾ। ਔਰ ਕਿਸਾਨੋਂ ਕੇ ਜੋ ਲੌਜ਼ ਹੈ ਵੋ ਮੁਝੇ ਲਗਤਾ ਹੈ ਜੋ ਰਿਪੀਲ ਹੋ ਗਏ ਹੈ ਵੋ ਫਿਰ ਸੇ ਲਗਨੇ ਚਾਹੀਏ, ਹੋ ਸਕਤਾ ਹੈ ਕੰਟਰੋਵਰਸ਼ੀਅਲ ਹੋ ਜਾਏ, ਲੇਕਿਨ ਮੁਝੇ ਲਗਤਾ ਹੈ ਕਿਸਾਨੋਂ ਕੇ ਹਿਤਕਾਰੀ ਲੌਜ਼ ਵਾਪਸ ਆਨੇ ਚਾਹੀਏ, ਔਰ ਕਿਸਾਨੋਂ ਕੋ ਖੁਦ ਇਸਕੀ ਡਿਮਾਂਡ ਕਰਨੀ ਚਾਹੀਏ, ਔਰ ਤਾਂ ਕਿ ਹਮਾਰੇ ਕਿਸਾਨ ਵੀ ਜਾ ਕੇ ਜੈਸੇ ਬਾਕੀ ਬਾਕੀ ਜਗ੍ਹਾਓਂ ਪੇ ਸਮਿਤੀ ਹੋ ਰਹੀ ਹੈ, ਹਮਾਰੇ ਕਿਸਾਨ ਕੀ ਸਮਿਤੀ ਮੇ ਕੋਈ ਬ੍ਰੇਕ ਨਾ ਲਗੇ। ਅਬ ਜੈਸੇ ਵਨ ਨੇਸ਼ਨ ਵਨ ਇਲੈਕਸ਼ਨ, ਸਾਰੇ ਬਿਊਰੋਕ੍ਰੇਸੀ ਹੋ ਗਏ, ਸਾਰੇ ਜੋ ਹਮਾਰੇ ਲੀਡਰ। ਤਾਂ ਇਸ ਸਮੇਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਸਾਡੇ ਨਾਲ ਜੁੜ ਗਏ ਨੇ। ਰਾਜੇਵਾਲ ਸਾਹਿਬ, ਮੁੜ ਤੋਂ ਕੰਗਣਾ ਦਾ ਬਿਆਨ ਹੁਣ ਕਿਸਾਨਾਂ ਨੂੰ ਲੈ ਕੇ ਆਇਆ, ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੇ ਲਈ ਆਖ ਰਿਹਾ, ਕੀ ਕਹੋਗੇ ਤੁਸੀਂ? ਇਸ ਤਰ੍ਹਾਂ ਮੈਂ ਸਮਝਦਾ ਉਹਦੇ ਪੇਰੈਂਟਸ ਨੂੰ ਇਹਦਾ ਟ੍ਰੀਟਮੈਂਟ ਲਾਉਣਾ ਚਾਹੀਦਾ ਇਹਨੂੰ, ਸ਼ੀ ਇਜ਼ ਮੈਂਟਲੀ ਸਿੱਕ ਇੱਕ ਗੱਲ। ਦੂਸਰੀ, ਦਾਲ ਆ ਗਿਆ, ਮੈਂਬਰ ਪਾਰਲੀਮੈਂਟ ਬਣ ਗਈ, ਹਾਲੇ ਉਹਨੂੰ ਸਮਝ ਨਹੀਂ ਵੀ ਪਾਰਲੀਮੈਂਟਰੀ ਸਿਸਟਮ ਦਾ ਕੀ ਪ੍ਰੋਸੈਸ ਕੀ ਹੁੰਦਾ, ਔਰ ਉਹਨੂੰ ਪਤਾ ਹੋਣਾ ਚਾਹੀਦਾ, ਸਿੱਖ ਲਵੇ ਪਹਿਲਾਂ। ਜਦੋਂ ਇਹ ਕਾਨੂੰਨ ਬਣੇ, ਜਿਸ ਦਿਨ ਪ੍ਰਧਾਨ ਮੰਤਰੀ ਨੇ ਗੁਰਪੁਰਬ ਵਾਲੇ ਦਿਨ ਐਲਾਨ ਕੀਤਾ ਇਹਨਾਂ ਨੂੰ ਵਾਪਸ ਲੈਣ ਦਾ, ਅਸੀਂ ਇਸ ਗੱਲ ਤੇ ਅੜ ਗਏ ਸੀ ਵੀ ਸਰਕਾਰ ਕੱਲ ਨੂੰ ਮੁੱਕਰ ਸਕਦੀ ਹੈ, ਪਹਿਲਾਂ ਉਸੇ ਤਰ੍ਹਾਂ ਪਾਰਲੀਮੈਂਟ ਸੈਸ਼ਨ ਬੁਲਾਓ ਔਰ ਉਹਦੇ ਵਿੱਚ ਰਿਪੀਲ ਕਰਨ ਦਾ ਕਾਨੂੰਨ ਪਾਸ ਕਰੋ। ਫਿਰ ਸੈਸ਼ਨ ਬੁਲਾਇਆ ਗਿਆ ਔਰ ਉਹਦੇ ਵਿੱਚ ਪਾਸ ਕੀਤਾ ਗਿਆ। ਫਿਰ ਅਸੀਂ ਕਿਹਾ ਵੀ ਨਹੀਂ, ਹਾਲੇ ਇਹਦੇ ਤੇ ਰਾਸ਼ਟਰਪਤੀ ਦੇ ਦਸਤਖਤ ਵੀ ਹੋਣੇ ਜ਼ਰੂਰੀ ਨੇ। ਜਦੋਂ ਰਾਸ਼ਟਰਪਤੀ ਨੇ ਦਸਤਖਤ ਕਰਦੇ ਉਹਦੇ ਬਾਅਦ ਅਸੀਂ ਉੱਥੋਂ ਉੱਠ ਕੇ ਆਏ, ਉਹ ਬਕਾਇਦਾ ਉਹ ਮੁੱਦਾ ਜਿਹੜਾ ਖਤਮ ਹੋ ਚੁੱਕਾ। ਜੇ ਦੁਬਾਰਾ ਬੀਜੇਪੀ ਲਿਆਏਗੀ ਤਾਂ ਉਹਨਾਂ ਨੂੰ ਦੇ ਵਿਲ ਹੈਵ ਟੂ ਫੇਸ ਦਾ ਐਨ ਅਦਰ ਐਜੀਟੇਸ਼ਨ, ਔਰ ਇਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਹਿੱਤ 'ਚ ਹੋਏਗਾ। ਇਹ ਬੀਬੀ ਨੂੰ ਕੁਛ ਆਉਂਦਾ ਨਹੀਂ, ਕੁਛ ਜਾਂਦਾ ਨਹੀਂ, ਯਾ ਤਾਂ ਇਹ ਖਬਰਾਂ ਦੇ ਵਿੱਚ ਰਹਿਣਾ ਚਾਹੁੰਦੀ ਹੈ। ਪ੍ਰੈਕਟੀਕਲੀ ਜੋ ਪ੍ਰੋਸੈਸ ਆ ਉਹ ਕੰਪਲੀਟ ਹੋ ਚੁੱਕਾ, ਉਹ ਕਾਨੂੰਨ ਰਿਪੀਲ ਹੋ ਚੁੱਕੇ, ਇਹਦੇ 'ਤੇ ਹੁਣ ਕੁਛ ਹੋਰ ਕਹਿਣਾ ਬਣਦਾ। ਜੀ ਰਾਜੇਵਾਲ ਸਾਹਿਬ, ਤੁਸੀਂ ਬਣੇ ਰਹੋ ਸਾਡੇ ਨਾਲ। ਇਸ ਸਮੇਂ ਬੀਜੇਪੀ ਆਗੂ ਹਰਜੀਤ ਗਰੇਵਾਲ ਜੁੜ ਗਏ ਨੇ। ਗਰੇਵਾਲ ਸਾਹਿਬ ਤੋਂ ਵੀ ਰਿਐਕਸ਼ਨ ਲੈ ਲੈਂਦੇ ਆ। ਗਰੇਵਾਲ ਸਾਹਿਬ, ਕੀ ਕਹੋਗੇ? ਇੱਥੇ ਕਿਸਾਨ ਆਗੂ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਮੈਂਟਲੀ ਸਿੱਕ ਨੇ ਕੰਗਣਾ, ਜੋ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹਿੰਦੇ ਨੇ, ਤੇ ਹੁਣ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਗੱਲ ਆਖ ਦਿੱਤੀ ਹੈ ਕੰਗਣਾ ਰਣੌਤ ਨੇ। ਜੀ ਕੰਗਣਾ ਕੌਣ ਹੁੰਦੀ ਹੈ? ਉਹ ਪ੍ਰਧਾਨ ਮੰਤਰੀ ਜੀ ਨੇ ਵਾਪਸ ਲਏ ਨੇ।
ਮਾਫੀ ਮੰਗ ਕੇ ਵਾਪਸ ਲਏ ਨੇ ਤੇ ਉਹਨਾਂ ਨੂੰ ਚੀਜ਼ਾਂ ਨੂੰ ਬਾਅਦ ਚ ਪੰਜਾਬ ਦਾ ਮਾਹੌਲ ਖਰਾਬ ਕਰਾਉਣਾ, ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਬੜੀ ਮੰਦਭਾਗੀ ਗੱਲ ਆ। ਤੇ ਲੜਕੀ ਮੈਂ ਇਹਨੂੰ ਹੱਥ ਜੋੜਦਾ, ਮੈਂਬਰ ਪਾਰਲੀਮੈਂਟ ਬਣ ਗਈ ਆ, ਠੀਕ ਆ, ਆਪਣੀ ਤਰੱਕੀ ਕਰੇ ਜ਼ਿੰਦਗੀ 'ਚ, ਅੱਗੇ ਵਧੇ, ਪਰ ਪੰਜਾਬ ਤਾਂ ਲਾਂਬੂ ਨਾ ਲਾਵੇ, ਇੱਕ ਸਿੱਖਾਂ ਬਾਰੇ ਨਾ ਬੋਲੇ, ਦੂਜਾ ਪੰਜਾਬ ਬਾਰੇ ਜ਼ਿਆਦਾ ਨਾ ਬੋਲੇ, ਔਰ ਤੀਸਰਾ ਇਹ ਕਿਸਾਨਾਂ ਬਾਰੇ ਕਿਉਂ ਪੰਗਾ ਲੈਣਾ, ਠੀਕ ਹੈ। ਤੇ ਪਾਰਟੀ ਦੀ ਪਾਲਿਸੀ ਨਹੀਂ ਐਸੀ ਕੋਈ ਤਾਂ ਉਹ ਕਿਉਂ ਬੋਲਦੀ ਆ, ਉਹਨੇ ਸਾਡਾ ਨੁਕਸਾਨ ਕਰਾਉਣਾ ਕਿਤੇ ਨਾ ਕਿਤੇ। ਔਰ ਇਹ ਪੰਜਾਬ ਐਸਾ ਇਸ ਵੇਲੇ ਬਰੂਦ ਦੇ ਢੇਰ 'ਤੇ ਆ, ਐਸੀਆਂ ਤਾਕਤਾਂ ਇੱਥੇ ਫੋਰਸਿਸ ਲੱਗੀਆਂ ਹੋਈਆਂ ਨੇ, ਅੰਤਰਰਾਸ਼ਟਰੀ ਸ਼ਕਤੀਆਂ ਲੱਗੀਆਂ ਹੋਈਆਂ ਨੇ, ਉਹ ਪੰਜਾਬ 'ਚ ਆਉਂਦੇ ਆ, ਕੋਈ ਨਾ ਕੋਈ ਗੜਬੜ ਕਰਵਾਈ ਜਾਵੇ। ਇਹ ਕੰਗਣਾ ਉਹਨਾਂ ਦੀ ਸਹਾਇਕ ਕਿਉਂ ਬਣਦੀ ਹੈ, ਇਹਨੂੰ ਨਹੀਂ ਬਣਨਾ ਚਾਹੀਦਾ। ਪਾਰਟੀ ਨੇ ਵੀ ਰੋਕ ਦਿੱਤੀ ਹੈ, ਇਹ ਨੀਤੀਗਤ ਬਿਆਨ ਨੇ, ਇਹਨਾਂ ਨੂੰ ਦੇਣ ਤੋਂ ਰੋਕਿਆ ਹੋਇਆ ਉਹਨੂੰ। ਬਾਕੀ ਆਪਣੇ ਏਰੀਏ ਬਾਰੇ ਬੋਲੇ ਔਰ ਵੈਲਫੇਅਰ ਦੀਆਂ ਗੱਲਾਂ ਕਰੇ, ਕੋਈ ਅੱਛੀਆਂ ਗੱਲਾਂ ਕਰੇ, ਇਹ ਕਿਉਂ ਇੱਦਾਂ ਦੀਆਂ ਗੱਲਾਂ ਕਰਦੀ ਹੈ। ਮੈਂ ਹੱਥ ਜੋੜਦਾ ਇਹਨੂੰ ਤੁਹਾਡੇ ਮਾਧਿਅਮ ਨਾਲ, ਇਹ ਪ੍ਰਾਰਥਨਾ ਵੀ ਕਰਦੇ ਹਾਂ ਕਿ ਸਾਡੇ ਪੰਜਾਬ ਨੂੰ ਸ਼ਾਂਤ ਰਹਿਣ ਦੇਵੇ। ਇਹ ਇਸ ਵੇਲੇ ਜਦੋਂ ਕਾਨੂੰਨ ਵਾਪਸ ਲੈ ਲਏ ਪ੍ਰਧਾਨ ਮੰਤਰੀ ਜੀ ਨੇ, ਮੈਂ ਔਰ ਕੰਗਣਾ ਉਸ ਤੋਂ ਉਹਨਾਂ ਤੋਂ ਬੜੇ ਹੋ ਗਏ ਜੀ। ਤੇ ਗਰੇਵਾਲ ਸਾਹਿਬ, ਤੁਸੀਂ ਹਾਈ ਕਮਾਂਡ ਕੋਲ ਇਹ ਗੱਲ ਪਹੁੰਚਾਓਗੇ, ਕਿਉਂਕਿ ਹਰ ਵਾਰ ਕਦੇ ਪੰਜਾਬ ਨੂੰ ਟਾਰਗੇਟ ਕਰਨਾ, ਹੁਣ ਤੁਹਾਨੂੰ ਵੀ ਪਤਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ ਦੇ ਹੀ ਸਨ, ਤਾਂ ਇਹ ਇੱਕ ਕਾਰਨ ਵੀ ਸੀ ਕਿ PM ਨਰਿੰਦਰ ਮੋਦੀ ਨੂੰ ਉਸ ਸਮੇਂ ਉਹ ਕਾਨੂੰਨ ਵਾਪਸ ਲੈਣੇ ਪਏ, ਉਸ ਤੋਂ ਬਾਅਦ ਧਰਨਾ ਚੁੱਕਿਆ ਗਿਆ ਸੀ ਦਿੱਲੀ ਦੀਆਂ ਬਰੂਹਾਂ ਤੋਂ ਜੀ। ਬਈ ਇਸ ਤਰ੍ਹਾਂ ਦੀਆਂ ਗੱਲਾਂ ਉਹਨੂੰ ਪਾਰਟੀ ਨੇ ਪਹਿਲਾਂ ਵੀ ਜਦੋਂ ਬੋਲੀ ਆ, ਮੈਂ ਵੀ ਬੋਲਿਆ ਸੀ ਤੇ ਪਾਰਟੀ ਨੇ ਉਹਨੂੰ ਮਨਾ ਕੀਤਾ, ਨੱਡਾ ਜੀ ਨੇ ਬੁਲਾ ਕੇ ਮਨਾ ਕਰਨਾ ਵੀ ਜਾਰੀ ਕਰਤਾ ਕਿ ਨੀਤੀਗਤ ਬਿਆਨ ਨਹੀਂ ਦਿਓਗੇ, ਤੇ ਉਹਨੂੰ ਬੁਲਾ ਕੇ ਵੀ ਕਹਿਤਾ। ਹੋਰ ਇਸ ਤੋਂ ਜ਼ਿਆਦਾ ਪਾਰਟੀ ਕੀ ਕਰੇ, ਇਹ ਤਾਂ ਇੱਕ ਮੇਰਾ ਖਿਆਲ ਆ ਵੀ ਅਨੁਸ਼ਾਸਨਹੀਣਤਾ ਜਿਹੜੀ ਉਹ ਕਰ ਰਹੀ ਹੈ, ਇਹ ਨਹੀਂ ਉਹਨੂੰ ਕਰਨੀ ਚਾਹੀਦੀ। ਔਰ ਇਸ ਵੇਲੇ ਹਰਿਆਣੇ ਦੀਆਂ ਇਲੈਕਸ਼ਨ ਨੇ ਤੇ ਉੱਥੇ ਵੀ ਕਿਸਾਨ ਅੰਦੋਲਨ ਸੀ, ਕਿਉਂ ਇੱਦਾਂ ਦੀ ਗੱਲ ਕਰਦੀ ਹੈ ਜਦੋਂ ਕਿ ਮੋਦੀ ਜੀ ਕਿਸਾਨ ਹੇਤੂ ਪ੍ਰਧਾਨ ਮੰਤਰੀ ਨੇ, ਸਾਡੀ ਸਰਕਾਰ ਕਿਸਾਨ ਹੇਤੂ ਆ, ਠੀਕ ਹੈ ਨਾ। ਅੱਜ ਸਾਡੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨਾਲ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਹੈ, ਉਹ ਕਰਕੇ ਉਹਨਾਂ ਨੇ ਕਿਸਾਨਾਂ ਦੇ ਬਾਰੇ ਵੈਲਫੇਅਰ ਲਈ ਕੀ ਕਰਨਾ ਚਾਹੀਦਾ ਉਹ ਵੀ ਗੱਲਬਾਤ ਕੀਤੀ। ਇਹ ਕਿਹੜੇ ਪਾਸੇ ਨੂੰ ਤੁਰਦੀ ਜੀ। ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ। ਤਾਂ ਕੰਗਣਾ ਰਣੌਤ ਨੇ ਮੁੜ ਤੋਂ ਜਦੋਂ ਹੁਣ ਤਿੰਨ ਖੇਤੀ ਕਾਨੂੰਨਾਂ ਵਾਲਾ ਰਾਗ ਛੇੜ ਹੀ ਦਿੱਤਾ, ਤਾਂ BJP ਆਗੂ ਗਰੇਵਾਲ ਹਰਜੀਤ ਸਿੰਘ ਗਰੇਵਾਲ ਸਾਫ਼ ਤੌਰ 'ਤੇ ਕਹਿੰਦੇ ਹੋਏ ਨਜ਼ਰ ਆਏ, ਇਸ ਤਰ੍ਹਾਂ ਦੇ ਬਿਆਨਾਂ ਨਾਲ ਸਾਡਾ ਕੁਝ ਲੈਣਾ ਦੇਣਾ ਨਹੀਂ ਹੈ। ਜਦੋਂ PM ਮੋਦੀ ਨੇ ਉਸ ਸਮੇਂ ਉਹ ਵਾਪਿਸ ਲਏ ਨੇ, ਤਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਉੱਥੇ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਮੈਂਟਲੀ ਸਿੱਕ ਦੱਸਦੇ ਹੋਏ ਕੰਗਣਾ ਰਣੌਤ ਨੂੰ ਨਜ਼ਰ ਆਏ ਨੇ। ਤਾਂ ਕੰਗਣਾ ਰਣੌਤ ਨੇ ਮੁੜ ਤੋਂ ਤਿੰਨ ਖੇਤੀ ਕਾਨੂੰਨਾਂ ਵਾਲਾ ਜੋ ਰਾਗ ਛੇੜੇ, ਤਾਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਸਾਡੇ ਨਾਲ ਜੁੜ ਗਏ ਨੇ। ਰਾਏ ਸਾਹਿਬ, ਤੁਸੀਂ ਕਿਵੇਂ ਵੇਖਦੇ ਹੋ ਕੰਗਣਾ ਰਣੌਤ ਨੇ ਹੁਣ ਇੱਕ ਬਿਆਨ ਦਿੱਤਾ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿ ਜਿਹੜੇ ਵਾਪਸ ਲਏ ਗਏ ਉਸ ਸਮੇਂ 'ਤੇ ਤਿੰਨ ਖੇਤੀ ਕਾਨੂੰਨ ਉਹ ਵਾਪਸ ਨਹੀਂ ਲੈਣੇ ਚਾਹੀਦੇ ਸੀ, ਅਤੇ ਉਹ ਕਿਸਾਨਾਂ ਦੀ ਭਲਾਈ ਦੇ ਲਈ ਹੈ, ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਜੀ? ਦੇਖੋ, ਮੈਂ ਜ਼ਿਆਦਾਤਰ ਉੱਥੇ ਅਸੀਂ ਬੋਲਣਾ ਨਹੀਂ ਚਾਹੁੰਦੇ, ਕਿਉਂਕਿ ਕੰਗਣਾ ਰਣੌਤ ਜਿਹੜੀ ਆ ਉਹ ਪੁੱਠੇ ਸਿੱਧੇ ਬਿਆਨ ਦੇਣ ਦੇ ਵਿੱਚ ਉਹਦੀ ਆਦਤ ਬਣ ਚੁੱਕੀ ਹੈ। ਸੋ ਇਹ ਇੱਕ ਸਾਲ 13 ਦਿਨ ਅੰਦੋਲਨ ਚੱਲਿਆ ਤਾਂ ਮੋਦੀ ਸਾਹਿਬ ਨੇ ਇਹ ਮੰਨੀ ਗੱਲ ਵੀ ਕਾਨੂੰਨ ਇਹ ਜਿਹੜੇ ਹੈਗੇ ਆ ਮੈਂ ਸਮਝਾ ਨਹੀਂ ਸਕਿਆ, ਮੈਂ ਵਾਪਸ ਲੈਣਾ, ਅਤੇ ਉਹਨੇ ਕਾਨੂੰਨ ਵਾਪਸ ਲਏ ਮੋਦੀ ਸਾਹਿਬ ਨੇ। ਸੋ ਇਹ ਜਾਂ ਤਾਂ ਹੁਣ ਇਹ ਕਹਿ ਦੇਵੇ ਕੰਗਣਾ ਰਣੌਤ ਵੀ ਨਰਿੰਦਰ ਮੋਦੀ ਗਲਤ ਨੇ,
ਜਿਹੜੀ ਭਾਰਤ ਸਰਕਾਰ ਬੀਜੇਪੀ ਦੀ ਸਰਕਾਰ ਇਹ ਗਲਤ ਹੈ ਤੇ ਉਹਨਾਂ ਨੇ ਕਿਉਂ ਵਾਪਸ ਲਏ ਫਿਰ ਉਹ ਗਲਤ ਨੇ। ਸੋ ਉਹ ਜੇ ਇਹ ਗੱਲ ਕਰਦੀ ਹੈ ਤੇ ਉਹ ਰੋਜ਼ ਕੋਈ ਨਾ ਕੋਈ ਸੁਰਖੀਆਂ 'ਚ ਆਉਣ ਵਾਸਤੇ ਉਹ ਪੁੱਠੇ ਸਿੱਧੇ ਬਿਆਨ ਦਿੰਦੀ ਰਹਿੰਦੀ ਹੈ। ਮੈਂ ਤਾਂ ਸਮਝਦਾ ਹਾਂ ਜ਼ਿਆਦਾ ਇਹਨੂੰ ਤਰਜੀਹ ਨਾ ਦਿਆ ਕਰੋ, ਇਹ ਉਹਦਾ ਜਿਹੜਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਉਹਦੇ ਇਲਾਜ ਦੀ ਜ਼ਰੂਰਤ ਹੈ ਜੀ। ਰਾਜ ਸਾਹਿਬ ਕੀ ਲੱਗਦਾ ਹੈ ਕਿ ਕੋਆਰਡੀਨੇਸ਼ਨ ਨਹੀਂ ਹੈ ਬੀਜੇਪੀ ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਵੀ ਵੇਖਿਆ ਗਿਆ ਸੀ ਜਦੋਂ ਕੰਗਨਾ ਨੇ ਬਿਆਨਬਾਜ਼ੀ ਕੀਤੀ ਸੀ ਤਾਂ ਜੇਪੀ ਨੱਡਾ ਨੇ ਤਲਬ ਕੀਤਾ ਸੀ, ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋਣਾ? ਨਹੀਂ ਜੀ, ਇਹ ਤੁਹਾਨੂੰ ਜੋ ਲੱਗ ਰਿਹਾ ਐਵੇਂ ਹੀ ਇਹ ਮਤਲਬ ਘੋਸਲੇਬਾਜ਼ੀ ਹੈ ਤੇ ਕਹਿ ਦੇਣਾ ਉਹਨੂੰ, ਜੇ ਉਹ ਵਾਰ ਵਾਰ ਫੇਰ ਉਸ ਤਰ੍ਹਾਂ ਦੀਆਂ ਗਲਤੀਆਂ ਕਰੇ ਫਿਰ ਉਹਨੂੰ ਬੀਜੇਪੀ ਆਪਣੀ ਟੀਮ ਚੋਂ ਬਾਹਰ ਕਿਉਂ ਨਹੀਂ ਕਰਦੀ? ਇਹ ਕਹਿ ਕੇ ਨੱਡਾ ਸਾਹਿਬ ਨੇ ਉਹਨੂੰ ਕਹਿਤਾ ਵੀ ਤੂੰ ਚੁੱਪ ਰਹਿਣਾ, ਬਿਆਨ ਨਹੀਂ ਦੇਣੇ, ਬੀਜੇਪੀ ਇਹ ਤੋਂ ਬਰੀ ਨਹੀਂ ਹੁੰਦੀ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜੇ ਦੁਬਾਰਾ ਕੰਗਣਾ ਨੌ ਦਾ ਬਿਆਨ ਆਉਂਦਾ ਹੈ ਫਿਰ ਉਹਨੂੰ ਬੀਜੇਪੀ ਦਾ ਸਮਝਿਆ ਜਾਊਗਾ। ਉਹਨੂੰ ਇਹ ਹੁਣ ਵੀ ਕਹਿ ਦੇਣਗੇ ਕਿ ਉਹਦਾ ਪਰਸਨਲ ਬਿਆਨ ਹੈ। ਪਰਸਨਲ ਬਿਆਨ ਇੱਕ ਪਾਰਟੀ ਦਾ ਨੁਮਾਇੰਦਾ ਔਰ ਇੱਕ ਚੁਣਿਆ ਹੋਇਆ ਸੰਸਦ ਉਹਦਾ ਪਰਸਨਲ ਨਹੀਂ ਹੋ ਸਕਦਾ। ਔਰ ਸੱਤਾਧਾਰੀ ਪਾਰਟੀ ਦਾ ਉਹ ਸੰਸਦ ਹੋਵੇ, ਸਰਕਾਰ ਦਾ ਮੈਂਬਰ ਹੋਵੇ ਤੇ ਫਿਰ ਉਹਨੂੰ ਸਰਕਾਰ ਦਾ ਬਿਆਨ ਮੰਨਿਆ ਜਾਂਦਾ, ਉਸ ਪਾਰਟੀ ਦਾ ਬਿਆਨ ਮੰਨਿਆ ਜਾਂਦਾ, ਉਹਦਾ ਪਰਸਨਲ ਬਿਆਨ ਨਹੀਂ ਮੰਨਿਆ ਜਾ ਸਕਦਾ। ਸੋ ਇਹ ਬੀਜੇਪੀ ਦਾ ਬਿਆਨ ਹੈ ਔਰ ਬੀਜੇਪੀ ਇਸ ਤਰ੍ਹਾਂ ਦੀਆਂ ਕਰਦੀ ਹੈ ਤੇ ਉਹਨੇ ਦੋ ਚਾਰ ਬੰਦੇ ਰੱਖੇ ਹੋਏ ਇਸ ਤਰ੍ਹਾਂ ਦੇ ਜਿਹੜੇ ਪੁੱਠਾ ਸਿੱਧਾ ਕਿਸਾਨਾਂ ਤੇ ਬੋਲਣ, ਮਜ਼ਦੂਰਾਂ ਤੇ ਬੋਲਣ, ਘੱਟ ਗਿਣਤੀਆਂ ਤੇ ਬੋਲਣ ਤੇ ਫਿਰ ਉਹਨੂੰ ਬਾਅਦ ਦੇ ਵਿੱਚ ਕਹਿ ਦੇਣਾ ਵੀ ਇਹ ਉਹਨਾਂ ਦਾ ਪਰਸਨਲ ਬਿਆਨ ਹੈ। ਇਹ ਜਾਣ ਬੁੱਝ ਕੇ ਬੀਜੇਪੀ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰਦੀ ਰਹਿੰਦੀ ਹੈ। ਕੋਈ ਗੱਲ ਨਹੀਂ, ਮੈਂ ਪਹਿਲਾਂ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਸੋ ਇਹ ਵੀ ਬੀਜੇਪੀ ਦੀ ਵਿਪਰੀਤ ਬੁੱਧੀ ਹੈ ਨਜ਼ਰ ਆ ਰਿਹਾ ਹੌਲੀ ਹੌਲੀ। ਇਹ 303 ਤੋਂ 240 ਤੇ ਆ ਗਿਆ ਜਿਹੜੇ 400 ਪਾਰ ਦੀ ਗੱਲ ਕਰਦੇ ਸੀ। ਆਉਣ ਵਾਲਾ ਸਮਾਂ ਦੇਖਿਓ, ਲੋਕਾਂ ਨੇ ਇਹਨਾਂ ਨੂੰ ਬਿਲਕੁਲ ਨਕਾਰ ਦੇਣਾ, ਪੂਰੇ ਭਾਰਤ ਚੋਂ ਬੀਜੇਪੀ ਨੂੰ ਬਾਹਰ ਕਰ ਦੇਣਾ ਜੀ। ਰਾਜ ਸਾਹਿਬ, ਬੀਜੇਪੀ ਆਗੂ ਤਾਂ ਇੱਥੇ ਸਿੱਧੇ ਤੌਰ ਤੇ ਕਹਿ ਰਹੇ ਨੇ ਸਾਡਾ ਕੁਛ ਨਹੀਂ ਲੈਣਾ ਦੇਣਾ ਇਸ ਬਿਆਨ ਤੋਂ, ਕੰਗਣਾ ਕੌਣ ਹੁੰਦੀ ਹੈ ਇਸ ਤਰ੍ਹਾਂ ਦੀ ਬਿਆਨ ਬਾਜ਼ੀ ਕਰਨ ਵਾਲੀ, ਜਦੋਂ ਪੀਐਮ ਮੋਦੀ ਨੇ ਆਪ ਉਹ ਕਾਨੂੰਨ ਵਾਪਸ ਲਏ ਨੇ? ਵੀ ਉਹਨੂੰ ਪਨਿਸ਼ਮੈਂਟ ਕੀ ਆ ਜੀ? ਸਿਰਫ ਇੰਨਾ ਬਿਆਨ ਦੇ ਕੇ ਵੀ ਸਾਡਾ ਉਹਦੇ ਨਾਲ ਕੋਈ ਬਿਆਨ ਨਾ ਲੈਣਾ ਦੇਣਾ ਨਹੀਂ। ਉਹਨੂੰ ਕੋਈ ਪਾਰਟੀ ਦਾ ਸੰਵਿਧਾਨ ਹੁੰਦਾ, ਇਸ ਪਾਰਟੀ ਦਾ ਕੋਈ ਸੰਵਿਧਾਨ ਹੈ ਹੀ ਨਹੀਂ, ਕੋਈ ਇਹਦਾ ਨੀਤੀ ਹੈ ਹੀ ਨਹੀਂ ਪਾਰਟੀ ਦੀ, ਫਿਰ ਇਹਦਾ ਨੀਤੀ ਵਿਧਾਨ ਕੋਈ ਨਹੀਂ ਹੈਗਾ ਤੇ ਫਿਰ ਇਹਨਾਂ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ। ਜੇ ਨੀਤੀ ਵਿਧਾਨ ਹੈਗਾ ਤੇ ਫਿਰ ਉਹਨੂੰ ਪਨਿਸ਼ ਕਰਨ ਜੀ, ਕਿਵੇਂ ਪਨਿਸ਼ ਕਰਦੇ ਆ? ਉਹਨੂੰ ਪਾਰਟੀ 'ਚ ਬਾਹਰ ਕੱਢਣ, ਤਾਂਹੀਓ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ। ਸੋ ਇਹ ਕਹਿ ਕੇ ਇਹ ਪਿੱਛਾ ਛੁਡਾ ਲੈਣਾ ਪਈ ਜੀ, ਇਹਦਾ ਬਿਆਨ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ। ਇਹ ਕਲੀਅਰ ਕੱਟ ਹੈ ਵੀ ਇਹ ਬੀਜੇਪੀ ਦਾ ਦਿੱਤਾ ਹੋਇਆ ਬਿਆਨ ਹੈ, ਪਰ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਕਹਿ ਦੇਣਾ, ਵੀ ਲੋਕਾਂ ਕੋਲ ਬਚਣ ਲਈ ਕਹਿ ਦੇਣਾ ਵੀ ਸਾਡਾ ਇਹਨਾਂ ਕੋਈ ਲੈਣਾ ਦੇਣਾ ਨਹੀਂ। ਇਹ ਬੀਜੇਪੀ ਇਹਦੇ ਮਗਰ ਪੂਰੀ ਟੀਮ ਹੈ, ਜਾਂ ਤਾਂ ਉਹਨੂੰ ਪਾਰਟੀ 'ਚ ਬਾਹਰ ਕਰਨ, ਉਹਨੂੰ ਪਨਿਸ਼ ਕਰਨ ਇਸ ਬਿਆਨ 'ਤੇ, ਨਹੀਂ ਤਾਂ ਫਿਰ ਇਹਨੂੰ ਆਪਣਾ ਬਿਆਨ ਮੰਨਣ ਜੀ। ਜੀ ਰਾਜ ਸਾਹਿਬ, ਤੁਸੀਂ ਜੁੜੇ ਰਹੋ ਸਾਡੇ ਨਾਲ। ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬਲੀਵਾਲ ਸਾਡੇ ਨਾਲ ਜੁੜ ਗਏ ਨੇ। ਬਲੀਵਾਲ ਸਾਹਿਬ, ਮੁੜ ਤੋਂ ਕੰਗਣਾ ਰਣੌਤ ਦਾ ਬਿਆਨ ਇਸ ਵਾਰ ਕਹਿ ਰਿਹਾ ਕਿ ਜੋ 3 ਖੇਤੀ ਕਾਨੂੰਨ ਪ੍ਰਧਾਨ ਮੰਤਰੀ ਮੋਦੀ ਨੇ ਵਾਪਸ ਲਏ ਉਹ ਲਾਗੂ ਕੀਤੇ ਜਾਣ, ਕਿਉਂ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ? ਜਦੋਂ ਪੀਐਮ ਮੋਦੀ ਨੇ ਉਹ ਵਾਪਸ ਲੈ ਲਏ ਤਾਂ ਕੰਗਣਾ ਰਣੌਤ ਕਿਸਾਨਾਂ ਨੂੰ ਕਿਉਂ ਇੱਥੇ ਵਾਰ ਵਾਰ ਟਾਰਗੇਟ ਕਰ ਰਹੇ ਨੇ? ਦੇਖੋ, ਮੈਂ ਬੀਜੇਪੀ ਦਾ ਅਫੀਸ਼ੀਅਲ ਸਟੇਟਮੈਂਟ ਦੇ ਰਿਹਾ, ਕਿਸੇ ਇੰਡੀਵਿਜੁਅਲ ਦੇ ਦਿੱਤੇ ਬਿਆਨ ਨੂੰ, ਕਿਉਂਕਿ ਸਾਡੀ ਪਾਰਟੀ ਪਹਿਲਾਂ ਵੀ ਇਸ ਚੀਜ਼ ਨੂੰ ਕਲੀਅਰ ਕਰ ਚੁੱਕੀ ਹੈ ਕਿ ਕਿਸੇ ਇੰਡੀਵਿਜੁਅਲ ਦੇ ਬਿਆਨ ਨੂੰ ਪਾਰਟੀ ਦਾ ਬਿਆਨ ਨਾ ਮੰਨਿਆ ਜਾਵੇ। ਤੇ ਐਜ਼ ਅ ਮੁੱਖ ਪ੍ਰਵਕਤਾ ਬੀਜੇਪੀ ਪੰਜਾਬ ਦਾ ਮੈਂ ਇਹ ਗੱਲ ਕਹਿਣ ਨੂੰ ਤਿਆਰ ਹਾਂ ਕਿ ਐਸੀ ਕੋਈ ਗੱਲ ਹੈ ਕਿਸੇ ਨੇ ਆਪਦੇ ਹਲਕੇ ਦੇ, ਅਗਰ ਉਹ ਇੱਕ MP ਨੇ, ਹਿਮਾਚਲ ਦੇ ਲੋਕਾਂ ਨੂੰ ਜਾਂ ਉਹਨਾਂ ਦੇ ਕੌਂਸਟੀਚੁਐਂਸੀ ਦੇ ਲੋਕਾਂ ਨੂੰ ਐਸੀ ਕੋਈ ਚੀਜ਼ ਲੱਗਦੀ ਹੋਏ
ਤਾਂ ਉਹਨਾਂ ਦਾ ਵਿਚਾਰ ਖੇਤਰ ਹੈ, ਭਾਜਪਾ ਦਾ ਐਸਾ ਕੋਈ ਹਜੇ ਵਿਚਾਰ ਖੇਤਰ ਨਹੀਂ ਹੈਗਾ। ਇਸ ਚੀਜ਼ ਨੂੰ ਇੱਕ ਵਾਰ ਵਾਪਸ ਲੈ ਲਿਆ ਗਿਆ ਹੋਵੇ, ਉਸ ਚੀਜ਼ ਦੇ ਉੱਪਰ ਕੋਈ ਗੱਲ ਕਰਨੀ ਵੀ ਮੈਂ ਸੋਚਦਾ ਕਿ ਅਸੀਂ ਕਿਸੇ ਇੰਡੀਵਿਜੁਅਲ ਤੇ ਬਾਰ ਬਾਰ ਉਸਦੇ ਬਿਆਨਾਂ ਨੂੰ ਸਪਸ਼ਟੀਕਰਨ ਦਿੰਦੇ ਰਹੀਏ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਬੀਜੇਪੀ ਪੰਜਾਬ ਵੱਲੋਂ ਮੈਂ ਇਸ ਚੀਜ਼ ਦੀ ਪੁਸ਼ਟੀ ਕਰਦਾ, ਐਸੀ ਕੋਈ ਗੱਲ ਵੀ ਹੈ ਨੀ, ਕਿਉਂਕਿ ਇਸ ਚੀਜ਼ ਨੂੰ ਜ਼ਿਆਦਾ ਲੋੜ ਵੀ ਹੈ ਜੀ। ਬਲੀਵਾਲ ਸਾਹਿਬ, ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਵੀ ਜੁੜੇ ਨੇ। ਰਾਏ ਸਾਹਿਬ, ਕੀ ਸਵਾਲ ਹੈ ਤੁਹਾਡਾ? ਬਲੀਵਾਲ ਸਾਹਿਬ, ਫਿਰ ਪੰਜਾਬ ਦਾ ਕੋਈ MP ਜਾ ਕੇ ਕਵੇ ਭਈ ਸਾਨੂੰ ਖਾਲਿਸਤਾਨ ਚਾਹੀਦਾ, ਫਿਰ ਠੀਕ ਹੋਊਗਾ ਜੀ? ਫਿਰ ਤੁਹਾਡਾ ਵਿਧੀ ਵਿਧਾਨ ਹੋਊਗਾ ਉਸ ਏਰੀਏ ਦੇ ਮੁਤਾਬਕ? ਮੰਨੋਗੇ ਉਸ ਗੱਲ ਨੂੰ? ਤੁਸੀਂ ਆ ਜਿਹੜਾ ਤੁਸੀਂ ਦਲੀਲ ਦੇ ਰਹੇ ਹੋ, ਜਿਹੜੀ ਤੁਸੀਂ ਦਲੀਲ ਦੇ ਰਹੇ ਹੋ ਹਰਿਆਣੇ ਦੇ ਲੋਕਾਂ ਦੀ, ਮੈਂ ਰਾਏ ਸਾਹਿਬ ਮੈਂ ਤੁਹਾਨੂੰ ਬੜੀ ਕਲੈਰਿਟੀ ਨਾਲ ਕਹਿ ਰਿਹਾ ਕਿ ਸਾਡੀ ਪਾਰਟੀ ਦਾ ਐਸਾ ਕੋਈ ਵਿਚਾਰ ਨਹੀਂ ਹੈਗਾ। ਜਾਂ ਤਾਂ ਤੁਸੀਂ ਇੱਕ ਜਾਂ ਤੁਸੀਂ ਇੱਕ ਇੰਡੀਵਿਜੁਅਲ ਦੀ ਗੱਲ ਕਰ ਲਓ। ਮੈਂ ਇੱਕ ਵਾਰੀ ਬੇਨਤੀ ਕਰਦਾ, ਮੈਂ ਤੁਹਾਡਾ ਸਵਾਲ ਸੁਣ ਲਿਆ, ਮੇਰੇ ਸਵਾਲ ਤੁਹਾਡਾ ਸੁਣ ਲਿਆ। ਰਾਏ ਸਾਹਿਬ, ਹੁਣ ਜਵਾਬ ਲੈ ਲਓ। ਸ਼ੈਲਟਰ ਕੀਤਾ ਜੀ, ਤੁਸੀਂ ਕਿਹਾ ਜੀ ਹਿਮਾਚਲ ਦੇ ਲੋਕਾਂ ਦੀ ਭਾਵਨਾ ਹੋ, ਫਿਰ ਸਾਡੇ ਪੰਜਾਬ ਦੇ ਲੋਕਾਂ ਦੀ ਭਾਵਨਾ ਵੀ ਖਾਲਿਸਤਾਨ ਚਾਹੀਦਾ। ਆਪਦੀ ਸਟੇਟਮੈਂਟ ਹੋ ਸਕਦੀ ਇੰਡੀਵਿਜੁਅਲ ਤੌਰ ਤੇ, ਪਾਰਟੀ ਦਾ ਐਸੀ ਕੋਈ ਸਟੇਟਮੈਂਟ ਨੀ ਹੈਗੀ, ਪਾਰਟੀ ਦਾ ਐਸਾ ਕੋਈ ਵਿਚਾਰ ਨੀ ਹੈਗਾ। ਹੁਣ ਜੇ ਮੈਂ ਪਾਰਟੀ ਦੇ ਅਫੀਸ਼ੀਅਲ ਤੌਰ ਤੇ ਤੁਹਾਨੂੰ ਇਹ ਗੱਲ ਕਹਿ ਰਿਹਾ ਤਾਂ ਤੁਹਾਨੂੰ ਮੇਰੀ ਗੱਲ ਮੰਨ ਲੈਣੀ ਚਾਹੀਦੀ ਆ। ਕੋਈ ਇੱਕ ਫਰੀਡਮ ਆਫ ਸਪੀਚ ਦੇ ਵਿੱਚ ਕੋਈ ਵੀ ਕੋਈ ਗੱਲ ਕਹਿ ਰਿਹਾ, ਜਿਵੇਂ ਤੁਸੀਂ ਗੱਲ ਕਹਿਤੀ, ਮੈਂ ਤੁਹਾਨੂੰ ਰੋਕ ਨਹੀਂ ਸਕਦਾ। ਹੁਣ ਉਸ ਚੀਜ਼ ਨੂੰ ਅਗਰ ਆਪਾਂ ਵਧਾਈ ਜਾਈਏ, ਉਸ ਦਾ ਫਾਇਦਾ ਕੋਈ ਨਹੀਂ। ਮੈਂ ਤੁਹਾਨੂੰ ਕਹਿ ਰਿਹਾ ਐਜ਼ ਅ ਬੀਜੇਪੀ ਦਾ ਮੁੱਖ ਪ੍ਰਵਕਤਾ ਕਿ ਐਸੀ ਕੋਈ ਕਹਾਣੀ ਹੈ ਨਹੀਂ ਕੀਤੀ ਸਾਡੇ ਵੱਲੋਂ, ਬੀਜੇਪੀ ਜਦੋਂ ਸੱਤਾ ਦੇ ਵਿੱਚ ਹੈ ਤੇ ਬੀਜੇਪੀ ਦੇ ਹੀ ਸਾਂਸਦ ਜਦੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨੇ ਤਾਂ ਕਾਰਵਾਈ ਬੀਜੇਪੀ ਕਿਉਂ ਨਹੀਂ ਕਰ ਰਹੀ ਹੈ? ਕਾਰਵਾਈ ਤੁਸੀਂ ਕੀ ਚਾਹੁੰਦੇ ਹੋ ਜੀ? ਮੈਨੂੰ ਇਸ ਕਾਰਵਾਈ ਦੀ ਡੈਫੀਨੇਸ਼ਨ ਵੀ ਦੱਸੋ। ਕਿਸੇ ਨੂੰ ਇੰਡੀਵਿਜੁਅਲ ਆਪਣੇ ਸੰਵਿਧਾਨ ਨੇ ਅਧਿਕਾਰ ਦਿੱਤਾ ਹੋਇਆ ਬੋਲਣ ਦਾ, ਠੀਕ ਆ, ਉਹ ਕੋਈ ਵੀ ਗੱਲ ਕਹਿ ਜੂਗਾ। ਸਾਡੇ ਕੋਲ ਕੀ ਕਹਿੰਦੇ ਆ 20 ਕਰੋੜ ਕਾਰਜਕਰਤਾ ਜੁੜਿਆ ਹੁਣ ਸਾਡਾ, ਠੀਕ ਆ। ਹੁਣ 20 ਕਰੋੜ ਦੇ ਕਾਰਜਕਰਤਾ ਦੀ ਸਪਸ਼ਟੀਕਰਨ ਇਕੱਲੇ ਬੰਦੇ ਵੱਲੋਂ ਕਈ ਗੱਲ ਨੂੰ ਪੂਰੀ ਬੀਜੇਪੀ ਉਹਦਾ ਸਪਸ਼ਟੀਕਰਨ ਦੇਣ ਤੁਰ ਜੇ, ਉਹਦਾ ਫਾਇਦਾ ਕੋਈ ਨੀ। ਮੈਂ ਬੀਜੇਪੀ ਦੇ ਬਿਹਾਫ ਦੇ ਉੱਪਰ ਇਹ ਗੱਲ ਕਹਿ ਰਿਹਾ, ਬੀਜੇਪੀ ਦੀ ਕਲੈਰਿਟੀ ਨਾਲ ਕਹਿ ਰਿਹਾ। ਇਹ ਸਾਡੇ ਭਰਾ ਨੇ, ਮੈਂ ਵੀ ਕਿਸਾਨ ਆ, ਇਹ ਵੀ ਕਿਸਾਨ ਨੇ, ਦੋਹੇ ਖੇਤੀ ਕਰਦੇ ਆ, ਤਾਂ ਉਸ ਤੋਂ ਬਾਹਰ ਤਾਂ ਅਸੀਂ ਜਾ ਹੀ ਨੀ ਨਾ ਰਹੇ ਲਾਈਨ ਤੋਂ। ਅਗਰ ਇਹਨਾਂ ਦੀ ਕੋਈ ਸਮੱਸਿਆਵਾਂ ਨੇ ਉਹ ਗੱਲ ਵੱਖਰੀ ਆ, ਉਹ ਅਲੱਗ ਚੈਪਟਰ ਹੈ ਉਹਨਾਂ ਦਾ, ਤੇ ਸਾਡਾ ਵਿਚਾਰ ਦਾ ਫਰਕ ਹੈਗਾ। ਉਹ ਮਸਲੇ ਹੱਲ ਹੋਣੇ ਚਾਹੀਦੇ ਆ, ਅਸੀਂ ਵੀ ਕਹਿੰਦੇ ਹਾਂ, ਪਰ ਕੁਝ ਚੀਜ਼ਾਂ ਤੇ ਇਹ ਅੜੇ ਆ, ਕੋਈ ਸਾਡੇ ਸਾਡੀਆਂ ਮਜਬੂਰੀਆਂ ਨੇ ਜਿਸ ਚੀਜ਼ ਨੂੰ ਆ, ਪਰ ਜਿਹੜੀ ਉਹ ਕਾਨੂੰਨਾਂ ਵਾਲੀ ਗੱਲ ਹੈ ਉਹ ਦੁਆਰਾ ਨਹੀਂ ਆ ਰਹੇ, ਨਾ ਐਸੀ ਕੋਈ ਵਿਚਾਰ ਹੈਗਾ। ਜਦੋਂ ਇੱਕ ਵਾਰ ਜਿਸ ਚੀਜ਼ ਦੇ ਉੱਪਰ ਸਹਿਮਤੀ ਬਣ ਚੁੱਕੀ ਆ, ਉਸ ਦੇ ਉੱਪਰ ਦੁਬਾਰਾ ਮੁੜ ਵਿਚਾਰ ਕਰਨ ਦਾ ਕੋਈ ਫਾਇਦਾ ਨਹੀਂ। ਇੱਕ ਬੰਦੇ ਦੇ ਬਿਆਨ ਨੂੰ ਲੈ ਕੇ ਆਪਾਂ ਬੈਠੀ ਜਾਈਏ, ਸਾਡੇ ਆ ਭਾਈਚਾਰੇ 'ਚ ਫਰਕ ਪਵੇ, ਮੈਨੂੰ ਲੱਗਦਾ ਉਸ ਨੂੰ ਅਵੋਇਡ ਕਰ ਦੇਣਾ ਚਾਹੀਦਾ ਜੀ। ਕੀ ਕਹੋਗੇ ਰਾਏ ਸਾਹਿਬ? ਮੈਂ ਤਾਂ ਸਿਰਫ ਬਲੀਆਂਵਾਲ ਸਾਹਿਬ ਬੜੇ ਸਿਆਣੇ ਆ, ਬੜੇ ਵਧੀਆ ਪ੍ਰਵਕਤਾ ਨੇ। ਮੇਰਾ ਤਾਂ ਇੱਕੋ ਸਵਾਲ ਹੈ ਵੀ ਆਪਾਂ ਜਦੋਂ ਕੋਈ ਪਾਰਟੀ ਜੁਆਇਨ ਕਰਦਾ ਉਹਦਾ ਕੋਈ ਵਿਧੀ ਵਿਧਾਨ ਪਾਰਟੀ ਦਾ ਹੁੰਦਾ ਕਿ ਨਹੀਂ ਹੁੰਦਾ ਜੀ? ਜੇ ਵਿਧੀ ਵਿਧਾਨ ਹੈ ਤਾਂ ਫਿਰ ਉਹਦੇ ਮੁਤਾਬਕ ਉਹਨੂੰ ਪਨਿਸ਼ਮੈਂਟ ਕੀ ਹੈ ਜੀ? ਵੀ ਜੇ ਉਹ ਲਾਈਨ ਤੋਂ ਹਟ ਕੇ ਬੋਲੇ ਪਾਰਟੀ ਦੇ ਵਿਧੀ ਵਿਧਾਨ ਦੀ ਲਾਈਨ ਤੋਂ, ਜਾਂ ਤਾਂ ਮੰਨੋ ਵੀ ਪਾਰਟੀ ਦੇ ਵਿਧੀ ਵਿਧਾਨ ਦੀ ਲਾਈਨ ਤੇ ਬੋਲ ਰਹੀ ਹੈ ਉਹ, ਜੇ ਉਹ ਲਾਈਨ ਤੋਂ ਹਟ ਕੇ ਬੋਲ ਰਹੀ ਹੈ ਤੇ ਫਿਰ ਉਹਨੂੰ ਪਨਿਸ਼ਮੈਂਟ ਕੀ ਹੈ? ਮੈਂ ਸਿਰਫ ਬਲੀਵਾਲ ਸਾਹਿਬ ਨੂੰ ਇੰਨਾ ਪੁੱਛਣਾ ਚਾਹੁੰਦਾ। ਰਾਏ ਸਾਹਿਬ, ਮੈਂ ਤੁਹਾਨੂੰ ਇੱਕ ਇਹਦਾ ਹੀ ਤਰਕ ਤੁਹਾਡੇ ਹਿਸਾਬ ਨਾਲ ਦਿੰਦਾ। ਕੁਝ ਕਿਸਾਨ ਆਗੂ ਕ੍ਰਿਸ਼ਨ ਵੀਰ ਚੌਧਰੀ ਵਰਗੇ ਜਾਂ ਹੋਰ ਲੋਕ ਨੇ,
ਜੋ ਇਹ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਨੇ ਉਹ ਤੁਹਾਡੀਆਂ ਮੰਗਾਂ ਨਾਲ ਸਹਿਮਤੀ ਨਹੀਂ ਰੱਖਦੇ, ਕੀ ਤੁਹਾਡੀ ਉਹਨਾਂ ਦੇ ਉਹਦੇ ਨਾਲ ਦੇ ਨਾਲ ਮਤ ਰਲਦੀ ਆ, ਉਹ ਵੀ ਕਿਸਾਨ ਆਗੂ ਨੇ, ਤੁਸੀਂ ਵੀ ਕਿਸਾਨ ਆਗੂ ਨੇ, ਕੋਈ ਕਿਸੇ ਪਾਰਟੀ ਦਾ ਠੱਪਾ ਨਹੀਂ ਲੱਗਿਆ ਹੋਇਆ, ਫਿਰ ਆਪਾਂ ਉਸ ਚੀਜ਼ ਨੂੰ ਵਿਚਾਰਧਾਰਾ ਨੂੰ ਕਹੀਏ, ਫਿਰ ਤਾਂ ਕਿਸਾਨ ਯੂਨੀਅਨਾਂ ਦੇ ਵਿੱਚ ਵੰਡ ਹੈ। ਮੈਂ ਇਹੀ ਕਹਿ ਰਿਹਾ, ਆਪਾਂ ਭਾਈਚਾਰੇ ਨੂੰ ਆਪਾਂ ਕਿਉਂ ਖਰਾਬ ਕਰਨਾ? ਇੱਕ ਹਿਮਾਚਲ ਦੀ ਐਮਪੀ ਆ, ਹਿਮਾਚਲ ਦੇ ਇੱਕ ਹਲਕੇ ਦੀ ਐਮਪੀ ਆ, ਹਿਮਾਚਲ ਵਾਲੇ ਜਾਣਨ, ਤੁਹਾਨੂੰ ਪੰਜਾਬ ਵਾਲਿਆਂ ਨੂੰ ਕਾਹਦਾ ਫਿਕਰ ਆਉਂਦਾ? ਆਪਾਂ ਉਹਨੂੰ ਪੋਸਟ ਕਰਕੇ ਨਾ ਹੋਰ ਪ੍ਰਮੋਟ ਕਰਕੇ ਉਹਦੀ ਗੱਲ ਨੂੰ ਵੱਡਾ ਕਰਦੇ ਹਾਂ। ਮੈਂ ਕਹਿੰਦਾ ਕਿ ਉਸ ਗੱਲ ਨੂੰ ਵੱਡਾ ਨਹੀਂ ਕਰਨਾ ਚਾਹੀਦਾ। ਜਦੋਂ ਮੈਂ ਆਪਦੇ ਉੱਪਰ ਆਪਦੀ ਪਾਰਟੀ ਦੇ ਵੱਲੋਂ ਇੱਕ ਕਲੀਅਰ ਸਟੈਂਡ ਤੁਹਾਨੂੰ ਦੱਸ ਰਿਹਾ, ਤਾਂ ਤੁਹਾਨੂੰ ਸਾਡੀ ਇਸ ਗੱਲ ਦੇ ਨਾਲ ਵੀ ਸਹਿਮਤ ਹੋਣਾ ਚਾਹੀਦਾ। ਜੇ ਆਪਾਂ ਗੱਲ ਖਿੱਚਣੀ ਹੁੰਦਾ ਫਿਰ ਜਿੰਨੀ ਮਰਜ਼ੀ ਖਿੱਚੀ ਜਾਓ, ਉਹਦਾ ਕੋਈ ਖੂਹ ਚੇਟਰ ਦਾ ਕੋਈ ਉਹ ਹੈ ਹੀ ਨਹੀਂ ਹੈਗਾ, ਜਵਾਬ ਹੀ ਹੈ ਨਹੀਂ ਬਾਈ ਜੀ। ਬਲੀਵਾਲ ਸਾਹਿਬ, ਤੁਸੀਂ ਇੱਥੇ ਜ਼ਿਕਰ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੇ ਲਈ ਆਖਿਆ, ਪਰ ਤਿੰਨ ਖੇਤੀ ਕਾਨੂੰਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਵਿੱਚ ਨਜ਼ਰ ਆਏ ਸੀ ਉਸ ਸਮੇਂ ਤੇ, ਹਰਿਆਣਾ ਦੇ, ਯੂਪੀ ਵੈਸਟ ਤੋਂ। ਚਲੋ ਮੈਂ ਇੱਕ ਹੋਰ ਚੀਜ਼ ਦੱਸ ਦਿੰਦਾ ਜੀ, ਇਸੇ ਗੱਲ ਦੇ ਉੱਪਰ ਜੀ, ਉਹ ਹਿਮਾਚਲ ਤੋਂ ਐਮ ਪੀ ਨੇ ਜੀ, ਆਪਣੇ ਕਿਸਾਨ ਜਿਹੜੇ ਪੰਜਾਬ ਚ ਬੈਠੇ ਨੇ ਧਰਨਾ ਦੇ ਰਹੇ ਨੇ ਰਾਏ ਸਾਹਿਬ ਹੁਣੀ, ਇਹਨਾਂ ਦੀਆਂ ਇੱਥੇ ਮੰਗਾਂ ਨੇ, ਕੀ ਹਿਮਾਚਲ ਦਾ ਕੋਈ ਆਦਮੀ ਆਇਆ? ਇਹਨਾਂ ਦੀਆਂ ਮੰਗਾਂ ਨੇ, ਪੰਜਾਬ ਦੀਆਂ ਮੰਗਾਂ ਨੇ, ਪੰਜਾਬ ਦੇ ਕਿਸਾਨ ਦੀਆਂ ਮੰਗਾਂ ਨੇ, ਉੱਥੋਂ ਵਾਲੇ ਕੀ ਮੰਗਦੇ? ਆਪਾਂ ਉਹਨਾਂ ਦਾ ਠੇਕਾ ਨਹੀਂ ਨਾ ਲਿਆ, ਜਿਵੇਂ ਆਪਣੇ ਵਾਲਿਆਂ ਨੇ ਠੇਕਾ ਪੂਰੇ ਹਿੰਦੁਸਤਾਨ ਦਾ ਲਿਆ ਹੋਇਆ, ਕਿ ਪੂਰੇ ਪੰਜਾਬ ਦੀ ਗੱਲ ਛੱਡ ਕੇ ਹਿੰਦੁਸਤਾਨ ਦੀ ਗੱਲ ਕਰਨੀ, ਉਹਦਾ ਫਾਇਦਾ ਕੋਈ ਨੀ ਹੈਗਾ ਜੀ। ਜੀ ਰਾਏ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਜੀ ਰਾਏ ਸਾਹਿਬ, ਮੈਂ ਬਲੀਆਂਵਾਲ ਸਾਹਿਬ, ਜਿਹੜੀ ਪੰਜਾਬ ਦੇ ਵਿੱਚ ਮੋਰਚਾ ਚੱਲ ਰਿਹਾ ਹਿਮਾਚਲ ਦੇ ਆਗੂਆਂ ਦੀਆਂ, ਤੁਹਾਨੂੰ ਮੈਂ ਫੋਟੋਆਂ ਦਿਖਾ ਦਿਆਂਗਾ, ਕਿਉਂਕਿ ਦੂਰ ਤੋਂ ਸੰਗਤ ਸਾਰੀ ਆਉਣੀ ਸੌਖੀ ਨਹੀਂ ਹੁੰਦੀ, ਪਰ ਉਹਨਾਂ ਦੇ ਜਥੇਬੰਦੀਆਂ ਦੇ ਹਿਮਾਚਲ ਦੇ ਆਗੂ ਸਾਡੇ ਨਾਲ ਆਉਂਦੇ ਨੇ, ਹਰ ਮੀਟਿੰਗ 'ਚ ਬਹਿੰਦੇ ਨੇ। ਪਹਿਲੀ ਗੱਲ ਤਾਂ ਇਹ ਮਤ ਕਰੋ ਵੀ ਉਹ ਨਹੀਂ ਆਉਂਦੇ। ਦੂਜੀ ਗੱਲ, ਤੁਸੀਂ ਕਿਹਾ ਜੀ ਵੀ ਤੁਹਾਡੇ ਉਹ ਤੁਸੀਂ ਨਾਲ ਹੈ ਜਿਹੜੇ ਕੁਛ ਬੀਜੇਪੀ ਦੇ ਨਾਲ ਸੰਬੰਧਿਤ ਨੇ ਕਿਸਾਨ, ਉਹ ਕੁਛ ਹੀ ਨਹੀਂ ਕਮੇਟੀ 'ਚ ਵੀ ਪਾਏ ਹੋਏ ਨੇ ਜਿਹੜੀ ਬਣਾਈ ਸੀਗੀ। ਮੈਂ ਬੇਨਤੀ ਕਰਾਂ, ਤੁਸੀਂ ਕਹਿੰਦੇ ਹੋ ਉਹਨਾਂ ਨੂੰ ਸਾਡੇ ਨਾਲ ਕਿਵੇਂ ਜੋੜ ਸਕਦੇ ਹੋ? ਫਿਰ ਤਾਂ ਤੁਸੀਂ ਕਾਂਗਰਸ ਦੇ ਵਿਧੀ ਵਿਧਾਨ ਨੂੰ ਆਪਣੇ ਨਾਲ ਜੋੜੋਗੇ, ਫਿਰ ਤੁਸੀਂ BSP ਦੇ ਵਿਧੀ ਵਿਧਾਨ ਨੂੰ ਆਪਣੇ ਨਾਲ ਜੋੜੋਗੇ, ਫਿਰ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ, ਫਿਰ ਤਾਂ ਉਹ ਸਾਰੀ ਗੱਲ ਇੱਕੋ ਹੀ ਹੋ ਸਕਦੀ ਆ, ਏਦਾਂ ਨਹੀਂ ਹੁੰਦੀ। ਬਲੀਆਂਵਾਲ ਸਾਹਿਬ, ਮੇਰੀ ਪੂਰੀ ਹੋ ਰਹੀ ਗੱਲ, ਮੇਰੀ ਗੱਲ ਪੂਰੀ ਹੋਣ ਦਿਓ, ਮੇਰੀ ਇੱਕ ਮਿੰਟ, ਮੈਂ ਕਿਹਾ ਜੀ ਕੰਪਲੀਟ ਕਰ ਲੈਣ ਦਿਓ ਜੀ ਰਾਏ ਸਾਹਿਬ, ਮੈਨੂੰ ਕੰਪਲੀਟ ਕਰ ਦਿਓ। ਬਲੀਆਂਵਾਲ ਸਾਹਿਬ, ਮੈਂ ਤੁਹਾਡੀ ਗੱਲ ਬੜੇ ਪਿਆਰ ਨਾਲ ਸੁਣੀ, ਸਿਆਣੇ ਹੋ ਤੁਸੀਂ, ਮੇਰੀ ਬੇਨਤੀ ਇਹ ਆ ਬਈ ਤੁਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਸਾਡੇ ਨਾਲ ਕਿਵੇਂ ਜੋੜ ਸਕਦੇ ਹੋ? ਸਾਡੀ ਵਿਚਾਰਧਾਰਾ ਜਿਹੜੀ, ਜਿਹੜੇ ਲੜਨ ਵਾਲੇ, ਤੁਸੀਂ ਕਹੋ ਬਈ SKM ਦਾ ਲੀਡਰ ਆ ਬੋਲਦਾ ਜਾਂ KMM ਦਾ ਲੀਡਰ ਆ ਬੋਲਦਾ ਤੁਹਾਡੇ ਖਿਲਾਫ, ਉਹ ਆਹ ਕੁਛ ਕਹਿੰਦਾ, ਤਾਂ ਫਿਰ ਤੁਸੀਂ ਤਾਂ ਮੰਨ ਸਕਦੇ ਹੋ ਵੀ ਸਾਡੇ ਵਿਧੀ ਵਿਧਾਨ ਤੋਂ ਬਾਹਰ ਦੀ ਗੱਲ ਕਰਦਾ। ਅੱਜ ਮੋਰਚਾ ਚੱਲ ਰਿਹਾ, ਮੋਰਚੇ 'ਚ ਕਿਸਾਨ ਮਜ਼ਦੂਰ ਮੋਰਚੇ ਦਾ ਮੈਂ ਮੈਂਬਰ ਹਾਂ, ਉਹਦੇ ਵਿੱਚ ਜਥੇਬੰਦੀ ਹੈ, ਅਤੇ ਉਹਦਾ ਕੋਈ ਆਗੂ 150 ਜਥੇਬੰਦੀਆਂ 'ਚੋਂ ਕੋਈ ਲਾਈਨ ਤੋਂ ਹਟ ਕੇ ਬੋਲੂਗਾ, ਫਿਰ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ। ਜਿਹੜਾ ਸਾਡਾ ਮੈਂਬਰ ਹੀ ਨਹੀਂ, ਜੇ ਤੁਹਾਡਾ ਹੁਣ ਕਾਂਗਰਸ ਦਾ ਤੁਹਾਡਾ ਮੈਂਬਰ ਕਿਵੇਂ ਹੋ ਸਕਦਾ? ਬਹੁਜਨ ਸਮਾਜ ਪਾਰਟੀ ਦਾ ਤੁਹਾਡਾ ਮੈਂਬਰ ਕਿਵੇਂ ਹੋ ਸਕਦਾ? ਹਾਂ, ਜੇ ਤੁਹਾਡਾ BJP ਦਾ ਕੋਈ ਆਗੂ ਬੋਲਦਾ, BJP ਦੀ ਸੰਸਦ ਬੋਲਦੀ ਹੈ, ਤੇ ਫਿਰ ਸਾਡਾ ਸਵਾਲ ਬਣਦਾ ਹੈ, ਇਹ ਸਵਾਲ ਬਣਦਾ ਵੀ ਵਿਧੀ ਵਿਧਾਨ ਤੋਂ ਹਟ ਕੇ ਬੋਲ ਰਹੀ ਆ ਉਹ, ਫਿਰ ਉਹਨੇ BJP ਦਾ ਵਿਧੀ ਵਿਧਾਨ ਅਡੋਪਟ ਨਹੀਂ ਕੀਤਾ ਹਾਲੇ ਤਾਈਂ, ਤੇ BJP ਇਹਨੇ ਇੰਨੇ ਗੋਡੇ ਟੇਕਤੇ ਨੇ ਉਹਦੇ ਅੱਗੇ ਬਈ ਉਹ ਵਿਧੀ ਵਿਧਾਨ ਤੋਂ ਹਟ ਕੇ ਬੋਲੀ ਜਾ ਰਹੀ, BJP ਉਹਨੂੰ ਅਪਰੇਸ਼ ਵੀ ਨਹੀਂ ਕਰ ਪਾ ਰਹੀ, ਫਿਰ ਇਹ ਗੱਲ ਦੇ ਸਵਾਲ ਪੈਦਾ ਹੁੰਦੇ ਆ। ਮੈਂ ਇਹਦਾ ਜਵਾਬ ਦੇਣਾ ਤੁਹਾਨੂੰ ਜੀ, ਮੇਰੀ ਬੇਨਤੀ ਇਹ ਆ ਕਿ ਆਪਾਂ ਦੋਨੋਂ ਪੰਜਾਬ ਦੇ ਵਸਨੀਕ ਆ, ਪੰਜਾਬ ਦੇ ਕਿਸਾਨ ਆ, ਠੀਕ ਹੈ ਜੀ, ਆਪਣੇ ਜਿਹੜੀਆਂ ਚੀਜ਼ਾਂ ਇੱਥੇ ਲਾਗੂ ਹੁੰਦੀਆਂ ਉਹ ਬਾਕੀ ਸੂਬਿਆਂ ਦੇ ਵਿੱਚ ਨਹੀਂ ਲਾਗੂ ਹੁੰਦੀਆਂ, ਆਪਾਂ ਨੂੰ ਇੱਥੇ ਸੈਂਟਰ MSP ਦਿੰਦਾ ਹੈ, ਬਾਕੀ ਸੂਬਿਆਂ ਦੇ ਵਿੱਚ ਨਹੀਂ ਦਿੰਦਾ, ਸਾਡੇ ਕਿਸਾਨ ਖੁਸ਼ਹਾਲ ਆ, ਬਾਕੀਆਂ ਨੂੰ ਪ੍ਰੋਬਲਮ ਹੋ ਸਕਦੀ ਆ, ਉਸੇ ਕਰਕੇ ਜਿਵੇਂ ਉਹ ਮੈਂਬਰ ਪਾਰਲੀਮੈਂਟ ਹਿਮਾਚਲ ਦੇ ਇੱਕ ਸੂਬੇ ਦੀ ਹਲਕੇ ਦੀ ਹੈ, ਠੀਕ ਹੈ ਜੀ। ਹੁਣ ਅਗਰ ਕੋਈ UP ਦਾ ਕਿਸਾਨ ਕਹਿੰਦਾ ਜੀ ਮੇਰੇ ਲਈ ਚੰਗਾ ਹੈ ਕੋਈ ਚੀਜ਼,
ਤਾਂ ਉਹਨੂੰ ਅਗਰ ਆਪਾਂ ਪੰਜਾਬ ਦੇ ਨਾਲ ਜੋੜੀ ਜਾਈਏ ਉਹਦਾ ਫਾਇਦਾ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਬੜੀ ਸਪਸ਼ਟਾ ਨਾਲ ਇੱਕ ਕਲੀਅਰ ਕਹਿ ਰਿਹਾ ਕਿ ਪਾਰਟੀ ਦਾ ਬੜਾ ਕਲੀਅਰ ਸਟੈਂਡ ਹੈ ਕਿ ਇਹ ਕੋਈ ਬੀਜੇਪੀ ਪਾਰਟੀ ਦੀ ਕੋਈ ਸਟੇਟਮੈਂਟ ਅਫੀਸ਼ੀਅਲ ਨਹੀਂ ਹੈਗੀ, ਬੀਜੇਪੀ ਦਾ ਕੋਈ ਐਸਾ ਵਿਚਾਰ ਨਹੀਂ ਹੈਗਾ। ਅਗਰ ਕਿਸੇ ਇੱਕ ਇੰਡੀਵਿਜੁਅਲ ਵੱਲੋਂ ਕਹੀ ਗੱਲ ਨੂੰ ਆਪਾਂ ਇਸਨੂੰ ਇੰਨਾ ਟੂਲ ਦੇਣਾ, ਮੈਂ ਤੁਹਾਨੂੰ ਆਪ ਕਹਿ ਰਿਹਾ ਕਿ ਆਪਾਂ ਜੇ ਇਸ ਗੱਲ ਨੂੰ ਵੱਡਾ ਕਰਾਂਗੇ ਤਾਂ ਉਹਦੀ ਪਬਲਿਸਿਟੀ ਜ਼ਿਆਦਾ ਹੈ। ਮੈਂ ਤੁਹਾਨੂੰ ਕਹਿ ਰਿਹਾ ਕਿ ਸਾਡੀ ਪਾਰਟੀ ਦੀ ਉਹ ਆਗੂ ਹੈਗੀ ਆ, ਮੈਂਬਰ ਆਫ ਪਾਰਲੀਮੈਂਟ ਹੈਗੀ ਆ, ਪਰ ਪਾਰਲੀਮੈਂਟ ਮੈਂਬਰ ਹੋਣ ਦੇ ਨਾਲ ਜਿੰਨੇ 547 ਮੈਂਬਰ ਪਾਰਲੀਮੈਂਟ ਚੁਣ ਕੇ ਆਉਂਦੇ ਨੇ ਉਹਨਾਂ ਵਿੱਚੋਂ ਇੱਕ ਮੈਂਬਰ ਆਫ ਪਾਰਲੀਮੈਂਟ ਹੈ। ਉਹ ਅਗਰ ਹਿਮਾਚਲ ਵਾਲਿਆਂ ਨੂੰ ਆਪਾਂ ਇੱਥੇ ਜਾ ਕੇ ਵਧਾਵਾ ਦੇਈ ਜਾਵਾਂਗੇ ਉਸ ਗੱਲ ਦਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਜੁੜ ਗਏ ਨੇ। ਕਲੇਰ ਸਾਹਿਬ, ਤੁਸੀਂ ਕੀ ਕਹੋਗੇ ਇਸ ਬਿਆਨ ਨੂੰ ਲੈ ਕੇ ਜੋ ਹੁਣ ਕੰਗਨਾ ਰਣੌਤ ਨੇ ਦਿੱਤਾ ਹੈ ਕਿ 3 ਖੇਤੀ ਕਾਨੂੰਨ ਜੋ ਵਾਪਸ ਲਏ ਗਏ ਉਹ ਲਾਗੂ ਕੀਤੇ ਜਾਣੇ ਚਾਹੀਦੇ? ਦੇਖੋ, ਜਿਸ ਤਰੀਕੇ ਦੇ ਬਿਆਨ ਕੰਗਨਾ ਰਣੌਤ ਦੇ ਰਹੀ ਹੈ, ਇੱਥੋਂ ਦੋ ਗੱਲਾਂ ਸਪਸ਼ਟ ਨੇ, ਜਾਂ ਤਾਂ ਉਹ ਮਾਨਸਿਕ ਤੌਰ ਤੇ ਬਿਮਾਰ ਹੈ ਜਾਂ ਫਿਰ ਇਹ ਕਿਸੇ ਵੱਡੀ ਸਾਜਿਸ਼ ਦਾ ਹਿੱਸਾ। ਇਹ ਤਾਂ ਹੁਣ ਬੀਜੇਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਨੂੰ ਕਲੀਅਰ ਕਰਨਾ ਪਊਗਾ ਕਿ ਕਿਉਂ ਇਹੋ ਜਿਹੇ ਸਾਂਸਦ ਜਿਹੜੇ ਘਟੀਆ ਬਿਆਨ ਲੋਕਾਂ ਦੇ ਖਿਲਾਫ ਦੇ ਰਹੇ ਨੇ, ਜਿਹੜੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਭੂ ਲਾ ਰਹੇ ਨੇ, ਕੀ ਉਹਨਾਂ ਦੇ ਖਿਲਾਫ ਬੀਜੇਪੀ ਕੋਈ ਐਕਸ਼ਨ ਲਊਗੀ? ਕਿਉਂ ਉਹਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਨਹੀਂ ਦਿਖਾਇਆ ਜਾਂਦਾ? ਔਰ ਬਾਰ ਬਾਰ, ਇਹ ਕੋਈ ਪਹਿਲੀ ਵਾਰ ਨਹੀਂ ਕਦੇ ਸਿੱਖਾਂ ਦੇ ਖਿਲਾਫ, ਔਰ ਇਹ ਇਕੱਲੀ ਸੰਸਦ ਨਹੀਂ ਕੰਗਣਾ, ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਚੋਣਾਂ ਦੇ ਦੌਰਾਨ ਕਿਹਾ ਸੀ ਕਿ ਕਿਸਾਨਾਂ ਨੂੰ ਕੁੱਟ ਕੇ ਭਜਾਵਾਂਗੇ, ਤੇ ਬੀਜੇਪੀ ਨੇ ਉਹਨਾਂ ਨੂੰ ਮੰਤਰੀ ਬਣਾਇਆ ਹੋਇਆ। ਹੰਸਰਾਜ ਹੰਸ ਨੇ ਬਿਆਨ ਦਿੱਤੇ, ਉਹਨਾਂ ਉਹ ਅੱਜ ਬੀਜੇਪੀ ਦੇ ਵਿੱਚ ਬੈਠੇ ਨੇ। ਸੋ ਮੈਨੂੰ ਲੱਗਦਾ ਹੈ ਕਿ ਇਹ ਬੀਜੇਪੀ ਨੂੰ ਬੜਾ ਕਲੀਅਰਲੀ ਸਾਹਮਣੇ ਆਉਣਾ ਪਊਗਾ, ਇਹਨਾਂ ਦੇ ਪੰਜਾਬ ਯੂਨਿਟ ਨੂੰ ਸਾਹਮਣੇ ਆਉਣਾ ਪਊਗਾ, ਚਾਹੇ ਇਹਨਾਂ ਦੇ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਹੋਣ, ਉਹ ਦੱਸਣ ਕਿ ਉਹ ਕੰਗਨਾ ਦੇ ਨਾਲ ਸਹਿਮਤ ਨੇ। ਜੇ ਨਹੀਂ ਸਹਿਮਤ ਤਾਂ ਕੀ ਪੰਜਾਬ ਦੀ ਬੀਜੇਪੀ ਕੰਗਨਾ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ? ਕੀ ਪੰਜਾਬ ਦੀ ਬੀਜੇਪੀ ਕਿਸਾਨਾਂ ਦੇ ਨਾਲ ਹੈ, ਸਿੱਖਾਂ ਦੇ ਨਾਲ ਹੈ, ਕਿ ਪੰਜਾਬ ਦੀ ਬੀਜੇਪੀ ਕੰਗਨਾ ਨੂੰ ਸਪੋਰਟ ਕਰਦੀ ਹੈ? ਇਹ ਬੜਾ ਵੱਡਾ ਸਵਾਲ ਹੈ, ਬਾਰ ਬਾਰ ਇਹ ਜਿਹੇ ਸਾਡੇ ਨਾਲ। ਬਿਲਕੁਲ, ਰਿਐਕਸ਼ਨ ਲੈ ਲੈਂਦੇ ਜੀ ਬਲੀਵਾਲ ਸਾਹਿਬ। ਤਾਂ ਤਕਨੀਕੀ ਖਾਮੀ ਕਾਰਨ ਆਵਾਜ਼ ਨਹੀਂ ਪਹੁੰਚ ਪਾ ਰਹੀ ਪ੍ਰਤਪਾਲ ਸਿੰਘ ਬਲੀਵਾਲ ਜੀ ਕੋਲ। ਤਾਂ ਅਰਸ਼ਦੀਪ ਸਿੰਘ ਕਲੇਰ ਅਤੇ ਉੱਥੇ ਮਨਜੀਤ ਸਿੰਘ ਰਾਏ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਰਾਏ ਸਾਹਿਬ, ਹੁਣ ਤੁਹਾਡੀ ਕੀ ਅਗਲੀ ਰਣਨੀਤੀ ਰਹੇਗੀ ਜਦੋਂ ਵਾਰ ਵਾਰ ਕਿਸਾਨਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਬੀਜੇਪੀ ਦੇ ਲੀਡਰਸ ਕਰ ਰਹੇ ਨੇ ਜੀ? ਦੇਖੋ, ਸਾਨੂੰ ਇਹ ਕਲੀਅਰ ਪਤਾ ਹੈ ਵੀ ਇਹਦੇ ਮਗਰ ਬੀਜੇਪੀ ਦੀ ਲਾਈਨ ਹੈ। ਜੇ ਬੀਜੇਪੀ ਉਹਨੂੰ ਪਨੇਸ਼ ਨਹੀਂ ਕਰਦੀ, ਕਿਉਂਕਿ ਨੱਡਾ ਸਾਹਿਬ ਨੇ ਬੁਲਾ ਕੇ ਅੱਗੇ ਇੱਕ ਵਾਰ ਕਿਹਾ, ਤੇ ਜੇ ਉਹ ਫੇਰ ਲਾਈਨ ਤੋਂ ਹਟ ਕੇ ਬੋਲਦੀ ਆ ਤਾਂ ਉਹਨੂੰ ਹੁਣ ਇਹ ਸ਼ੈਲਟਰ ਕਰਦੇ ਜਾਂ ਸਪੇਅਰ ਕਰਦੇ ਆ, ਫੇਰ ਇਹਦਾ ਮਤਲਬ ਇਹ ਹੈ ਵੀ ਉਹ ਬੀਜੇਪੀ ਦੀ ਲਾਈਨ ਤੋਂ ਹੀ ਬੋਲ ਰਹੀ ਆ। ਬੀਜੇਪੀ ਦੀ ਲਾਈਨ ਹੈ ਇਹ ਸਾਰੀ ਪਾਰਟੀ ਦੀ ਵੀ ਕਿਸਾਨਾਂ ਨੂੰ, ਦੇਸ਼ਦਿਆਂ ਨੂੰ ਬਿਲਕੁਲ ਇਗਨੋਰ ਕਰੋ। ਇਹ ਕਿਸਾਨੀ ਦੀ ਗੱਲ ਐਵੇਂ ਝੂਠੀ ਸਟੇਜਾਂ ਤੇ ਕਰ ਰਹੇ ਨੇ। ਇੱਕ ਬਲੀਆਂਵਾਲ ਸਾਹਿਬ ਨੇ ਕਹੀ ਜਿਹੜੀ ਗੱਲ, ਉਹਦਾ ਮੈਂ ਜਵਾਬ ਦੇਣਾ ਚਾਹਾਂਗਾ। ਬਲੀਆਂਵਾਲ ਸਾਹਿਬ ਕਹਿੰਦੇ ਨੇ ਕਿ ਪੰਜਾਬ ਦਾ ਕਿਸਾਨ ਬੜਾ ਖੁਸ਼ ਹੈ, ਤੇ ਫਿਰ ਇਹ ਪੰਜਾਬ ਦੇ ਕਿਸਾਨ ਸਾਰੇ ਦਾ ਸਾਰਾ ਪੰਜਾਬ ਦਾ ਕਿਸਾਨ ਤਾਂ ਅੰਦੋਲਨ 'ਚ ਹੈ, ਤੇ ਫਿਰ ਕਾਹਦੇ ਅੰਦੋਲਨ 'ਚ ਹੈ? ਇਹ ਖੁਸ਼ ਵਾਲੀ ਗੱਲ ਕਿੱਥੇ ਪੈਦਾ ਹੋ ਗਈ? ਕਿਸਾਨ ਦਾ ਤਾਂ ਲਾਗਤ ਮੁੱਲ ਨਹੀਂ ਪੂਰਾ ਹੋ ਰਿਹਾ, ਤੇ ਬੀਜੇਪੀ ਵਾਲਿਆਂ ਦੇ ਕਹਿਣ 'ਤੇ ਖੁਸ਼ ਹੋ ਜਾਣਾ? ਸੋ ਇਹ ਬਲੀਆਂਵਾਲ ਸਾਹਿਬ ਨੂੰ ਵੀ ਚਾਹੀਦਾ, ਇੱਕ ਪਾਸੇ ਤਾਂ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਵੀ ਮੈਂ ਵੀ ਕਿਸਾਨ ਹਾਂ, ਤੇ ਇਹ ਜਿਹੜੇ ਕਿਸਾਨ ਆਗੂ ਬੈਠੇ ਨੇ ਇਹ ਵੀ ਕਿਸਾਨ ਨੇ, ਤੇ ਜੇ ਕਿਸਾਨ ਹੋ ਤਾਂ ਫਿਰ ਕਿਸਾਨ ਦੇ ਦਰਦ ਨੂੰ ਜਾਣੋ। ਕਾਹਦੀ ਲੜਾਈ ਲੜ ਰਿਹਾ? ਸੈਂਟਰ MSP ਕਹਿੰਦੇ ਪੰਜਾਬ 'ਚ ਦੇ ਰਹੀ ਹੈ, ਸੈਂਟਰ ਕੇਵਲ ਕਣਕ ਤੇ ਝੋਨੇ ਤੇ ਦੇ ਰਹੀ ਹੈ ਜੀ, ਤੇ ਬਾਕੀ ਫਸਲਾਂ ਤੇ ਨਹੀਂ ਦੇ ਰਹੀ। ਤੁਹਾਡੀ ਮੱਕੀ ਤੁਹਾਡੀ ਰੁੜ ਰਹੀ ਸੀ, ਇਸ ਵਾਰ ਰੇਟ ਹੋਈ ਆ ਵੀ ਪ੍ਰਾਈਵੇਟ ਖਰੀਦ ਨੇ ਚੱਕਤਾ ਕੰਮ, ਮਾੜਾ ਮੋਟਾ ਰੇਟ ਮਿਲ ਗਿਆ, ਨਹੀਂ ਤਾਂ ਮੱਕੀ ਤੁਹਾਡੀ MSP ਥੱਲੇ ਵਿਕਦੀ ਆ।
ਮੂੰਗੀ ਤੁਹਾਡੀ ਨੂੰ ਕੋਈ ਚੱਕਣ ਨੂੰ ਤਿਆਰ ਨਹੀਂ, ਤੇ ਪੰਜਾਬ ਦੀਆਂ ਫਸਲਾਂ ਸਰਸੋਂ ਨੂੰ ਕੋਈ ਚੱਕਣ ਨੂੰ ਤਿਆਰ ਨਹੀਂ, ਤੇ ਇਹ ਆਪਾਂ ਏਦਾਂ ਨਾ ਕਰੀਏ। ਹੁਣ ਤੁਹਾਡੇ ਝੋਨੇ ਦਾ ਸਭ ਤੋਂ ਵੱਡੀ ਗੱਲ ਜੀ, ਕੇਂਦਰ ਨੇ ਕਹਿਤਾ ਕਿ ਅਸੀਂ 5 ਲੱਖ ਜਿਹੜਾ ਮੀਟ੍ਰਿਕ ਟਨ ਚਾਵਲ ਚੱਕਾਂਗੇ, ਉਸ ਤੋਂ ਵੱਧ ਨਹੀਂ ਚੱਕਾਂਗੇ, ਤੇ ਮਹੀਨੇ ਦਾ ਮਤਲਬ, ਤੇ ਸਾਡੇ ਕੋਲ 135 ਲੱਖ ਟਨ, ਤੇ ਉਹਨੂੰ ਤੁਸੀਂ ਦੇਖੋ ਚੱਕਣ ਵਾਸਤੇ 25 ਮਹੀਨੇ ਚਾਹੀਦੇ ਨੇ। ਇਹਦਾ ਮਤਲਬ ਵੀ ਅਗਲੇ ਸਾਲ ਦੀ ਫਸਲ ਝੋਨੇ ਦੀ ਫਿਰ ਨਾ ਬੀਜਣਗੇ ਕਿਸਾਨ, ਕੀ ਬੀਜਣਗੇ ਖੇਤਾਂ 'ਚ। ਇਹ ਜਿਹੜੀ ਗੱਲ ਬਲੀਆਂਵਾਲ ਸਾਹਿਬ ਕਰਦੇ, ਪੰਜਾਬ ਦਾ ਕਿਸਾਨ ਬਹੁਤ ਖੋਜਿਆ, ਇਹ ਲੱਗ ਜਾਣਾ ਤੁਹਾਨੂੰ ਪਹਿਲੀ ਤੋਂ ਬਾਅਦ ਪਤਾ, ਵੀ ਜਿਹੜੀ ਤੁਸੀਂ ਕਹਿੰਦੇ MSP ਬਹੁਤ ਕੇਂਦਰ ਦੇ ਰਿਹਾ, ਆਹ ਲੱਗ ਜਾਣਾ ਥੋੜ੍ਹੇ ਦਿਨਾਂ 'ਤੇ ਪਤਾ ਵੀ ਜਿੰਨੇ ਲੋਕ ਸੜਕਾਂ 'ਤੇ ਆ ਗਏ। ਇਸ ਕਰਕੇ ਆਪਾਂ ਬਲੀਆਂਵਾਲ ਸਾਹਿਬ ਇੱਦਾਂ ਨਾ ਕਰੀਏ, ਜੇ ਪੰਜਾਬ ਦੇ ਪੁੱਤਰ ਨਾਲ ਫਿਰ ਗੱਲ ਆਪਾਂ ਕਰੀਏ ਕਿਸਾਨੀ ਦੀ। ਦੇਖੋ ਪਹਿਲੀ ਗੱਲ ਤੇ ਇਹ ਕਿ ਮੇਰੇ ਖਿਆਲ ਨਾਲ ਕੰਗਣਾ ਰਣੌਤ ਜੀ ਦਾ ਮਾਨਸਿਕ, ਇਹਨਾਂ ਦੀ ਆਵਾਜ਼ ਨੀ ਸੁਣਦੀ ਜੀ, ਬਲੀਆਂਵਾਲ ਸਾਹਿਬ ਦੀ ਆਵਾਜ਼ ਸੁਣਦੀ ਸੀ, ਨਾ ਤਾਂ ਕਲੇਰ ਸਾਹਿਬ ਦੀ ਸੁਣੀ ਆ। ਮੈਂ ਟੈਕਨੀਕਲ ਟੀਮ ਤੋਂ ਗੁਜ਼ਾਰਿਸ਼ ਕਰਾਂਗੀ ਕਿ ਰਾਏ ਸਾਹਿਬ ਕੋਲ ਆਵਾਜ਼ ਪਹੁੰਚੇ ਕਾਲੋਂ ਸਾਹਿਬ ਦੀ ਵੀ। ਜਸਕਰਨ ਸਿੰਘ ਕਾਲੋਂ ਜੀ, ਤੁਸੀਂ ਕੰਟੀਨਿਊ ਕਰ ਸਕਦੇ ਹੋ ਜੀ। ਜੀ ਜੀ ਜੀ, ਪਹਿਲੀ ਗੱਲ ਤੇ ਇਹ ਕਿ ਕੰਗਣਾ ਰਣੌਤ ਜਿਸ ਤਰੀਕੇ ਦੇ ਨਾਲ ਰੋਜ਼ ਕੋਈ ਨਾ ਕੋਈ ਨਵੇਂ ਤੋਂ ਨਵਾਂ ਬਿਆਨ ਦੇ ਰਹੀ ਹੈ, ਮੇਰਾ ਇਹ ਮੰਨਣਾ ਹੈ ਕਿ ਇਹਦੀ ਜਾਂ ਤੇ ਮਾਨਸਿਕ ਸਥਿਤੀ ਜਿਹੜੀ ਉਹ ਵਿਗੜ ਚੁੱਕੀ ਹੈ, ਜਾਂ ਫਿਰ ਇਹਦੇ ਪਿੱਛੇ ਇਹਦੀ ਪਾਰਟੀ ਜਿਹੜੀ ਆ ਸਰਕਾਰ ਭਾਜਪਾ ਹੈ ਜਿਹੜੀ ਇਹਨੂੰ ਇਸ ਤਰ੍ਹਾਂ ਦੇ ਜਿਹੜੇ ਹੈ ਉਹ ਕਦੀ ਕਿਸਾਨਾਂ ਦੇ ਵਿਰੁੱਧ ਬਿਆਨ ਦੇਣ ਲਈ ਜਿਹੜਾ ਉਕਸਾ ਰਹੀ ਹੈ ਜਾਂ ਮਜਬੂਰ ਕਰ ਰਹੀ ਹੈ। ਮੇਰਾ ਸਰ ਜੀ, ਇਸ ਸਮੇਂ ਬੀਜੇਪੀ ਆਗੂ ਫਤਿਹ ਜੰਗ ਬਾਜਵਾ ਸਾਡੇ ਨਾਲ ਜੁੜ ਗਏ ਨੇ। ਬਾਜਵਾ ਸਾਹਿਬ, ਲਗਾਤਾਰ ਕਿਹਾ ਜਾ ਰਿਹਾ ਕੰਗਣਾ ਰਣੌਤ ਦੇ ਬਿਆਨ ਨੂੰ ਲੈ ਕੇ ਕਿ ਮਾਨਸਿਕ ਸੰਤੁਲਨ ਠੀਕ ਨਹੀਂ ਹੈ, ਕਦੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ, ਕਦੇ ਪੰਜਾਬ ਨੂੰ, ਤੇ ਹੁਣ ਤਾਂ ਖੇਤੀ ਕਾਨੂੰਨ ਜਿਸ ਦੇ ਲਈ ਲੰਮੇ ਸਮੇਂ ਕਿਸਾਨਾਂ ਨੇ ਸੰਘਰਸ਼ ਕੀਤਾ ਉਹਨਾਂ ਨੂੰ ਮੁੜ ਤੋਂ ਲਾਗੂ ਕਰਨ ਦੀ ਗੱਲ ਆਖਰੀ ਹੈ, ਕੀ ਕਹੋਗੇ? ਦੇਖੋ, ਅਸੀਂ ਪਾਰਟੀ ਹਾਈਕਮਾਂਡ ਨੂੰ ਇਸ ਦੇ ਬਾਰੇ ਜ਼ਰੂਰ ਉਹਨਾਂ ਦੇ ਨੋਟਿਸ 'ਚ ਲਿਆਵਾਂਗੇ ਵੀ ਇਹਦੀ ਜ਼ੁਬਾਨ ਨੂੰ ਤਾਲਾ ਲਾਇਆ ਜਾਏ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਗੱਲ ਕੀ ਕਰਦੇ ਨੇ, ਫਿਲਮੀ ਐਕਟਰੈਸ ਹੈ ਉਹਦੀ ਗੱਲ ਕਰਨ ਫਿਲਮਾਂ ਦੀ, ਨਾ ਇਹਨਾਂ ਨੂੰ ਖੇਤੀ ਕਾਨੂੰਨ ਬਾਰੇ ਪਤਾ ਆ ਜੀ, ਨਾ ਇਹਨਾਂ ਨੂੰ ਪਤਾ ਵੀ ਇਹਦੇ ਨਾਲ ਰਿਪਰਕਸ਼ਨ ਕੀ ਹੋਏਗੀ ਸਾਰੇ। ਕੀ ਇਹ ਮੈਨੂੰ ਦੱਸੋ ਵੀ ਕੀ ਪ੍ਰਧਾਨ ਮੰਤਰੀ ਤੋਂ ਉੱਤੇ ਹੈ, ਕੀ ਇਹ ਸਰਕਾਰ ਤੋਂ ਉੱਤੇ ਹੈ? ਜਦੋਂ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਆਪ ਕਬੂਲ ਕੀਤੀ ਵੀ ਜੀ ਇਹ ਖੇਤੀ ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ, ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ, ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ, ਤੇ ਖੇਤੀ ਕਾਨੂੰਨ ਵਾਪਸ ਲੈ ਗਏ ਕਿਸਾਨਾਂ ਦੀ ਪੱਖ ਉਹਨਾਂ ਦੇ ਮੰਗ ਦੇ ਮੁਤਾਬਕ, ਤੇ ਇਹ ਕਿੱਥੋਂ ਕਹਿੰਦੇ ਕਿ ਲਾਗੂ ਕਰ ਦਿਓ ਜੀ? ਇਹ ਕੌਣ ਹੁੰਦੇ ਆ ਵੀ ਲਾਗੂ ਕਰਨ ਵਾਲੇ? ਤੇ ਤੁਸੀਂ ਕਾਰਵਾਈ ਕੀ ਕਰੋਗੇ ਕਿ ਪੰਜਾਬ ਦੀ, ਪੰਜਾਬ ਬੀਜੇਪੀ ਇਸ ਨੂੰ ਲੈ ਕੇ ਪ੍ਰਦਰਸ਼ਨ ਕਰੇਗੀ, ਕੋਈ ਹਾਈ ਕਮਾਂਡ ਤੱਕ ਇਹ ਮੁੱਦਾ ਲੈ ਕੇ ਜਾਏਗੀ? ਨਹੀਂ, ਪ੍ਰਦਰਸ਼ਨ ਨਹੀਂ ਹੁੰਦਾ, ਪਾਰਟੀ ਹਾਈ ਕਮਾਂਡ ਨੂੰ ਅਸੀਂ ਆਪਣਾ ਡੈਲੀਗੇਸ਼ਨ ਲੈ ਕੇ ਜਾਵਾਂਗੇ, ਪ੍ਰਦਰਸ਼ਨ ਨਹੀਂ ਕਰਾਂਗੇ ਜੀ। ਜੀ, ਡੈਲੀਗੇਸ਼ਨ ਜਿਹੜਾ ਹੈ ਉਹ ਪਾਰਟੀ ਹਾਈ ਕਮਾਂਡ ਨੂੰ ਜ਼ਰੂਰ ਇਸ ਤੇ ਦੱਸਾਂਗੇ ਵੀ ਇਹਨੂੰ ਇਹਨਾਂ ਨੂੰ ਜ਼ਬਾਨ ਨੂੰ ਤਾਲਾ ਲਾਇਆ ਜਾਏ, ਇਹ ਪੰਜਾਬ ਦੇ ਹਾਲਾਤ ਔਰ ਕਿਸਾਨੀ ਦੇ ਹਾਲਾਤ ਖਰਾਬ ਕਰ ਰਹੇ ਨੇ ਕਿ ਠੀਕ ਨਹੀਂ ਕਰ ਰਹੇ। ਕੀ ਕਹੋਗੇ ਰਾਏ ਸਾਹਿਬ? ਦੇਖੋ, ਜਿਹੜੇ ਸਿਆਣੇ ਲੀਡਰ ਨੇ, ਮੈਂ ਫਤਿਹ ਜੰਗ ਬਾਜਵਾ ਜੀ ਦਾ ਸਤਿਕਾਰ ਕਰਦਾ, ਜੇ ਉਹਨਾਂ ਨੇ ਕਹੀ ਆ ਗੱਲ ਬਿਲਕੁਲ ਰਾਈਟ ਕਹੀ ਆ, ਪਾਰਟੀ ਨੂੰ ਜਾ ਕੇ ਸ਼ਿਕਾਇਤ ਦੇਣ ਔਰ
ਇਹਨੂੰ ਪਾਰਟੀ ਲਾਈਨ ਤੋਂ ਬਾਹਰ ਕਰਨ ਇਹਨੂੰ ਕੰਗਣਾ ਰਣੌਤ ਨੂੰ। ਸੋ ਇਹ ਸਿਆਣੇ ਲੀਡਰ ਸੀ, ਇਹੀ ਭਾਜਪਾ ਦੀ ਬਲੀਆਂਵਾਲ ਸਾਹਿਬ ਤਾਂ ਸਪੇਅਰ ਕਰਨ ਵਾਲੀ ਗੱਲ ਕਰਦੇ ਸੀ ਉਹਨਾਂ ਨੂੰ। ਇਹ ਬਿਲਕੁਲ ਫਤਿਹ ਜੰਗ ਬਾਜਵਾ ਜੀ ਨੇ ਜਿਹੜੀ ਗੱਲ ਕਹੀ ਆ ਇਹ ਚੰਗੀ ਗੱਲ ਕਹੀ ਆ, ਸਿਆਣ ਲੀਡਰ ਦੀ ਸਰਾਹਨਾ ਕਰਨੀ ਚਾਹੀਦੀ ਆ। ਜੋ ਇਹ ਬਿਲਕੁਲ ਪੰਜਾਬ ਦੀ ਸਾਰੀ ਬੀਜੇਪੀ ਨੂੰ ਇਕੱਠਿਆਂ ਹੋ ਕੇ ਵਿੱਚੇ ਬਲੀਆਂਵਾਲ ਸਾਹਿਬ ਵੀ ਜਿਹੜੇ ਵਕਾਲਤ ਕਰਦੇ ਸੀ ਉਹਨਾਂ ਨੂੰ ਵੀ ਨਾਲ ਜਾਣਾ ਚਾਹੀਦਾ ਇਕੱਠੇ ਹੋ ਕੇ, ਵੀ ਇਹਨੂੰ ਕੰਗਣਾ ਰਣੌਤ ਨੂੰ ਪ੍ਰਿੰਟ ਕੀਤਾ ਜਾਵੇ, ਇਹਨੂੰ ਪਾਰਟੀ ਲਾਈਨ ਤੋਂ ਬਾਹਰ ਕੱਢਿਆ ਜਾਵੇ। ਜੀ ਜੀ ਕਾਲੋ ਸਾਹਿਬ, ਤੁਸੀਂ ਕੀ ਕਹੋਗੇ? ਕਿਉਂਕਿ ਕੰਗਣਾ ਰਣੌਤ ਨਾ ਸਿਰਫ ਕਿਸਾਨਾਂ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਬਲਕਿ ਰਾਹੁਲ ਗਾਂਧੀ ਵੀ ਜਿਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਉਹਨਾਂ ਨੂੰ ਵੀ ਟਾਰਗੇਟ ਕਰਦੀ ਹੈ, ਅਤੇ ਹੁਣ ਜਦੋਂ ਕਿਸਾਨਾਂ ਨੂੰ ਲੈ ਕੇ ਬੋਲਿਆ ਗਿਆ, ਉਹ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ। ਤੁਹਾਨੂੰ ਵੀ ਪਤਾ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਲੰਮੇ ਸਮੇਂ ਸੰਘਰਸ਼ ਕੀਤਾ। ਕਾਲੋ ਸਾਹਿਬ, ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ ਤੁਹਾਡੇ ਤੱਕ? ਮੈਨੂੰ ਲੱਗਦਾ ਤਕਨੀਕੀ ਖਾਮੀ ਕਾਰਨ ਆਵਾਜ਼ ਨਹੀਂ ਪਹੁੰਚ ਪਾ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਦਾ ਰੁਖ ਕਰਾਂਗੇ। ਕਲੇਰ ਸਾਹਿਬ, ਤੁਸੀਂ ਕੀ ਕਹੋਗੇ? ਸ਼੍ਰੋਮਣੀ ਅਕਾਲੀ ਦਲ ਦਾ ਕੀ ਇਸ ਨੂੰ ਲੈ ਕੇ ਪੱਖ ਰਹੇਗਾ? ਤਾਂ ਇੱਥੇ ਦੱਸ ਦਈਏ ਕਿ ਤਿੰਨ ਖੇਤੀ ਕਾਨੂੰਨ ਲਾਗੂ ਹੋਣ ਦੀ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਕੰਗਣਾ ਰਣੌਤ ਵੱਲੋਂ। ਤਾਂ ਫਤਿਹ ਜੰਗ ਸਿੰਘ ਬਾਜਵਾ ਜੀ, ਤੁਸੀਂ ਕੀ ਹੁਣ ਇਸ ਨੂੰ ਲੈ ਕੇ ਜਦੋਂ ਹਾਈਕਮਾਂਡ ਕੋਲ ਜਾਓਗੇ, ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੰਗਣਾ ਰਣੌਤ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੋਵੇ, ਤੁਹਾਡਾ ਕੀ ਰੁੱਖ ਰਹੇਗਾ? ਕੀ ਤੁਸੀਂ ਹੁਣ, ਕਿਉਂਕਿ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਜੇਪੀ ਨੱਡਾ ਨਾਲ ਵੀ ਮੁਲਾਕਾਤ ਹੋਈ ਸੀ ਕੰਗਣਾ ਰਣੌਤ ਦੀ, ਪਰ ਉਸ ਤੋਂ ਬਾਅਦ ਆਇਆ ਹੁਣ ਇਹ ਬਿਆਨ? ਅਸੀਂ ਤੁਹਾਨੂੰ ਮੈਡਮ ਇੱਕ ਵਾਰ ਕਹਿ ਚੁੱਕੇ ਹਾਂ, ਬਾਰ ਬਾਰ ਉਸ ਗੱਲ ਨੂੰ ਜਿਹੜੇ ਲਾਈਨ ਆਪਣੀ ਕਲੀਅਰ ਦਿੱਤੀ ਹੈ ਵੀ ਨਾ ਤੇ ਪੰਜਾਬ ਦੀ ਬੀਜੇਪੀ ਜੀ। ਕਾਂਗਰਸੀ ਆਗੂ ਜਸਕਰਨ ਸਿੰਘ ਕਾਲੋ ਨਾਲ ਹੁਣ ਅਸੀਂ ਰਿਐਕਸ਼ਨ ਲਵਾਂਗੇ। ਹਾਂਜੀ ਕਾਲੋ ਸਾਹਿਬ, ਤੁਸੀਂ ਕੀ ਕਹੋਗੇ? ਨਿਖੇਧੀ ਕਰਦੇ ਹੈ ਜੀ, ਅਗਰ ਇਹੋ ਜਿਹੇ ਬਿਆਨ ਦਿੱਤੇ ਹੈ ਦੈਟ ਇਜ਼ ਨਾਟ ਗੁੱਡ ਰਾਈਟ ਜੀ। ਅੱਜ ਗੱਲ ਇਹ ਤਾਂ ਹੈ ਜੀ ਕਿ ਮੈਂ ਪਹਿਲਾਂ ਵੀ ਜਿੱਦਾਂ ਕਹਿ ਚੁੱਕਿਆ ਹਾਂ ਕਿ ਇਹ ਇਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਹੈ ਨਾ ਉਹ ਵਿਗੜ ਚੁੱਕੀ ਹੈ। ਇਹਨਾਂ ਨੂੰ ਛੇਤੀ ਤੋਂ ਛੇਤੀ ਬੀਜੇਪੀ ਨੂੰ ਇਹਦੇ ਉੱਤੇ ਕੋਈ ਆਪਣਾ ਜਿਹੜਾ ਸਖ਼ਤ ਤੋਂ ਸਖ਼ਤ ਜਿਹੜੀ ਹੈ ਕੋਈ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ। ਔਰ ਜੇਕਰ ਇਹਨਾਂ ਇਹ ਕੰਗਣਾ ਰਣੌਤ ਦੇ ਉੱਤੇ ਕੋਈ ਵੀ ਇਸ ਤਰੀਕੇ ਦੀ ਇਹ ਕਾਰਵਾਈ ਨਹੀਂ ਕਰਦੇ, ਕੋਈ ਐਕਸ਼ਨ ਨਹੀਂ ਲੈਂਦੇ, ਤੇ ਅਸੀਂ ਇਹ ਮੰਨਾਂਗੇ ਕਿ ਇਹ ਬੀਜੇਪੀ ਦੇ ਮਾਊਸਪੀਸ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਕਿਸਾਨਾਂ ਨੂੰ ਔਰ ਵਿਸ਼ੇਸ਼ ਕਰ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ ਉਹਨੂੰ ਉਕਸਾਉਣ ਦੇ ਦਿੱਤਾ ਇਹ ਕੰਮ ਕਰ ਰਹੀ ਹੈ। ਵੇਖੋ, ਇਸ ਤੇ ਪਹਿਲਾਂ ਹੀ ਬੜਾ, ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਬੜਾ ਸੈਂਸਿਟਿਵ ਸੂਬਾ ਹੈ ਸਾਡਾ ਪੰਜਾਬ, ਔਰ ਅਸੀਂ ਬੜਾ ਲੰਮਾ ਸਮਾਂ ਸੰਤਾਪ ਹੰਡਾਇਆ। ਔਰ ਜਿਸ ਤਰੀਕੇ ਦੀ ਰੋਜ਼ ਇਸ ਤਰ੍ਹਾਂ ਇਹ ਜਿਹੜੀ ਇਹ ਬਿਆਨਬਾਜ਼ੀ ਕੰਗਣਾ ਰਣੌਤ ਵੱਲੋਂ ਜਾਂ ਹੋਰ ਇਹਨਾਂ ਦੇ ਭਾਜਪਾ ਦੇ ਜਿਹੜੇ ਲੀਡਰ ਨੇ ਉਹ ਕਰਦੇ ਨੇ, ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਪੰਜਾਬ ਜਿਹੜਾ ਹੈ ਉਹ ਫਿਰ ਕਿਤੇ ਨਾ ਕਿਤੇ ਕਿਸੇ ਐਸੀ ਅਣਸੁਖਾਵੇ ਦੌਰ ਵੱਲ ਨੂੰ ਸ਼ਾਇਦ ਕਿਤੇ ਨਾ ਅਗਰਸਰ ਹੋ ਜਾਵੇ, ਜਿਸ ਤਰੀਕੇ ਦੇ ਬਿਆਨਬਾਜ਼ੀ ਕਰਕੇ ਸਾਨੂੰ ਉਕਸਾਉਣ ਦਾ ਕੰਮ ਕਰਦੇ ਨੇ। ਬਾਜਵਾ ਸਾਹਿਬ ਬੈਠੇ ਨੇ, ਬੜੇ ਸਿਆਣੇ ਸੀਨੀਅਰ ਸੀਜ਼ਨਡ ਪੋਲੀਟੀਸ਼ੀਅਨ ਨੇ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਮੇਰੀ ਇਹਨਾਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਹੈ, ਨਾ ਕਿ ਸਿਰਫ ਇੱਕ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਤੇ, ਇੱਕ ਇੱਕ ਪੰਜਾਬੀ ਹੋਣ ਦੇ ਨਾਤੇ, ਕਿਸਾਨ ਪਰਿਵਾਰ 'ਚ ਹੋਣ ਦੇ ਨਾਤੇ, ਕਿ ਇਸ ਬੀਬੀ ਨੂੰ ਜਿੰਨੀ ਛੇਤੀ ਹੋ ਸਕੇ ਇਹਦੇ ਇਹਦੇ ਉੱਤੇ ਜਿਹੜਾ ਇਹ ਕੰਟਰੋਲ ਜਿਹੜਾ ਇਹਨਾਂ ਦੀ ਪਾਰਟੀ ਔਰ ਕੇਂਦਰ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਕਰੇ, ਛੇਤੀ ਠੱਲ ਪਾਵਾਂਗੇ ਜੀ। ਧੰਨਵਾਦ, ਬਹੁਤ ਸ਼ੁਕਰੀਆ ਕਾਲੋ ਸਾਹਿਬ, ਬਹੁਤ ਸ਼ੁਕਰੀਆ ਬਾਜਵਾ ਸਾਹਿਬ, ਬਹੁਤ ਸ਼ੁਕਰੀਆ ਰਾਏ ਸਾਹਿਬ, ਅਤੇ ਬਹੁਤ ਸ਼ੁਕਰੀਆ ਕਲੇਰ ਸਾਹਿਬ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ। ਤਾਂ ਹੁਣ ਕੰਗਣਾ ਰਣੌਤ ਨੇ ਜੋ ਇਹ ਮੁੜ ਤੋਂ ਖੇਤੀ ਕਾਨੂੰਨਾਂ ਵਾਲਾ ਰਾਗ ਛੇੜ ਦਿੱਤਾ, ਇਸ ਨੂੰ ਲੈ ਕੇ ਪੰਜਾਬ ਬੀਜੇਪੀ ਦਾ ਹੀ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ। ਹਾਈਕਮਾਂਡ ਕੋਲ ਬੀਜੇਪੀ ਆਗੂ ਜਾਣਗੇ, ਇੱਕ ਪੂਰਾ ਵਫਦ ਜਾਵੇਗਾ, ਅਤੇ ਇਹ
ਹਾਈ ਕਮਾਂਡ ਸਾਹਮਣੇ ਗੱਲ ਰੱਖੀ ਜਾਏਗੀ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੰਗਨਾ ਰਣੌਤ ਨੂੰ ਨਹੀਂ ਕਰਨੀ ਚਾਹੀਦੀ, ਖਾਸ ਤੌਰ 'ਤੇ ਉਦੋਂ ਜਦੋਂ ਹਾਲ ਹੀ ਦੇ ਵਿੱਚ ਦੇਖਿਆ ਗਿਆ ਸੀ ਕਿ ਜੇਪੀ ਨੱਡਾ ਨਾਲ ਮੁਲਾਕਾਤ ਹੋਈ ਅਤੇ ਉਸ ਸਮੇਂ ਸਮਝਾਇਆ ਵੀ ਗਿਆ ਸੀ ਬਕਾਇਦਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਹੈ। ਉਸ ਤੋਂ ਬਾਅਦ ਵੀ ਕਦੇ ਕਿਸਾਨਾਂ ਨੂੰ ਲੈ ਕੇ, ਕਦੇ ਪੰਜਾਬ ਨੂੰ ਲੈ ਕੇ, ਕਦੇ ਸਿੱਖਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ, ਉਸ ਨੂੰ ਲੈ ਕੇ ਪੰਜਾਬ ਬੀਜੇਪੀ ਹੁਣ ਵਫਦ ਲੈ ਕੇ ਪਹੁੰਚੇਗੀ ਬੀਜੇਪੀ ਹਾਈਕਮਾਂਡ ਕੋਲ ਅਤੇ ਇਸ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉੱਥੇ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਮੈਂਟਲੀ ਇਮਬੈਲੈਂਸ ਕੰਗਨਾ ਰਣੌਤ ਇਸ ਸਮੇਂ 'ਤੇ ਹੋ ਰਹੀ ਹੈ ਅਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਕਿਉਂਕਿ ਇੱਕ ਜ਼ਿੰਮੇਵਾਰ ਅਹੁਦਾ ਹੈ।